ਸੁਲਫ ਦੀ ਲੱਤ ਵਰਗੀ ਜੱਟੀ ਨਿਕਲੀ ਮੂੰਗੀਆਂ ਪਾ ਕੇ ਪਤਾ ਲੈ ਕੇ ਚੱਲੀ ਜੱਟ ਦਾ ਨਾਜਰ ਤੇਰਾ ਹੀ ਨਾਂ ਹੈ ਹਾਂ ਦੱਸ ਕੀ ਗੱਲ ਹੈ ਏ ਤੈਨੂੰ ਸਰਦਾਰ ਨੇ ਸੁਨੇਹਾ ਦਿੱਤਾ ਸੀ ਤੂੰ ਮਾਲ ਨਹੀਂ ਭੇਜਿਆ ਓਏ ਸੁੱਚਾ ਪੈਸੇ ਦਾ ਦਿੰਦਾ ਨਹੀਂ ਬਾਲ ਕਿੱਥੋਂ ਭੇਜਾਂ ਜਾ ਓਏ ਜੋ ਨੇ ਨੋਟ ਕੱਟ ਕੇ ਬਦਮਾਸ਼ਾ ਦੀ ਫੇਰ ਆਈ ਹੋ ਜਰਾ ਕੀ ਗੱਲ ਸੀ ਬਾਈ ਕੀ ਰੌਲਾ ਕੋਈ ਗੱਲ ਨਹੀਂ ਯਾਰ ਕਿਸੇ ਗੱਲ ਦਾ ਰੌਲਾ ਨਹੀਂ ਐਵੇਂ ਸਾਰੇ ਧੱਕਾ ਕਰੀ ਜਾਂਦੇ ਆ ਜਿੰਦਾ ਰਹਿ ਮਿੱਤਰਾ ਬੜੇ ਮੌਕੇ ਤੇ ਆਣ ਕੇ ਮਦਦ ਕੀਤੀ ਹੈ ਬਸ ਦਾ ਰਹਿ ਮੇਰੇ ਵੀਰ ਅਸੀਂ ਥਾਣੇ ਮੇਰੇ ਖਿਲਾਫ ਰਿਪੋਰਟ ਲਿਖਾਉਣ ਹਾਂ ਮੈਂ ਹੀ ਗਿਆ ਸਾਂ ਮੈਂ ਤੁਹਾਡੇ ਸਾਰੇ ਪੈਸੇ ਤਾਂ ਮੋੜ ਚੁੱਕਿਆ ਪਰ ਤੁਸੀਂ ਮੇਰੀ ਜ਼ਮੀਨ ਛੱਡਦੇ ਹੀ ਨਹੀਂ ਜ਼ਮੀਨ ਤਾਂ ਤੇਰੀ ਮਾਂ ਛੁਡਾਣਾ ਜ਼ਮੀਨ ਕਿਆ ਬੱਚਿਆ ਮੁੜਸ ਤਾਂ ਤੇਰੀ ਆਈ ਨਹੀਂ ਪਰ ਮੇਰੇ ਪੰਜੇ ਆ ਗਏ ਨੇ ਤੇਰੀ ਮਾਂ ਦੀ ਗ੍ਰਿਫਤਾਰੀ ਲੈਣ ਕੁੱਤਿਆ ਵਾਲੀ ਅੱਧਵੀਂ ਚੱਕੀ ਦੀ ਸੁੱਚਿਆ ਅੱਜ ਤੇ ਰੱਬ ਦਾ ਮਹਿਰ ਹੁੰਦਾ ਜੇ ਰੱਬ ਨੇ ਤੈਨੂੰ ਆ ਦਿਨ ਦਿੱਤੇ ਆ ਤੇ ਕੱਲ ਨੂੰ ਆ ਦਿਨ ਵੀ ਦਿਖਾ ਸਕਦਾ ਸੁੱਤਿਆ ਕਾਸ਼ ਮੇਰੀ ਗਰੀਬੀ ਦੀ ਹਾਲਤ ਤੈਨੂੰ ਆਪਣੀ ਭੈਣ ਵਿਆਹਣੀ ਪੈਂਦੀ ਫਿਰ ਤੈਨੂੰ ਪਤਾ ਚੱਲਦਾ ਸੁੱਤਿਆ ਚੁੱਪ ਤੂੰ ਜਿਹੜਾ ਸੱਪ ਕੱਢਣਾ ਹੈ ਕੱਢ ਲੈ ਕਚਹਿਰੀਆਂ ਤੇ ਥਾਣੇ ਸੁੱਚਾ ਆਪਣੀ ਜੇਬ ਵਿੱਚ ਪਾਈ ਫਿਰਦਾ ਵੇ ਸੁੱਤਿਆ ਏਦਾਂ ਨਹੀਂ ਇਹਨੇ ਛੱਡਣੀ ਤੇਰੀ ਜ਼ਮੀਨ ਜੇ ਮੇਰੀ ਮੰਨਦਾ ਤਾਂ ਜੱਗੇ ਉਹਨਾਂ ਦੀ ਪਾਰਟੀ ਕੋਲ ਚਲੇ ਜਾ ਉਹ ਜੋ ਛਡਾਕ ਦੇਣਗੇ ਤੈਨੂੰ ਜ਼ਮੀਨ ਜੱਗੇ ਹੋਰਾਂ ਦੀ ਪਾਰਟੀ ਮੈਂ ਲੁੱਟਿਆ ਗਿਆ ਬਾਈ ਮੈਂ ਪੁੱਟਿਆ ਗਿਆ ਮੇਰਾ ਕੱਖ ਨਹੀਂ ਰਿਹਾ ਬਾਈ ਮੇਰਾ ਕੱਖ ਨਹੀਂ ਰਿਹਾ ਹੌਸਲੇ ਨਾਲ ਗੱਲ ਕਰ ਪੈਂਦਿਆ ਵੀਰਾ ਰੋਣ ਵਾਲੀ ਕਿਹੜੀ ਗੱਲ ਹੌਸਲੇ ਤਾਂ ਸਾਰੇ ਖਤਮ ਹੋ ਗਏ ਬਾਈ ਛੋਟੀ ਭੈਣ ਦਾ ਵਿਆਹ ਕਰਨ ਲਈ ਜ਼ਮੀਨ ਸੁੱਚੇ ਕਿਆ ਕੋਲ ਗਹਿਣੇ ਰੱਖੀ ਸੀ ਹੁਣ ਸਾਰੇ ਪੈਸੇ ਮੋੜ ਦਿੱਤੇ ਆ ਪਰ ਸੁੱਚੇ ਕਿ ਮੇਰੀ ਜ਼ਮੀਨ ਦਾ ਕਬਜ਼ਾ ਛੱਡਦਾ ਹੀ ਨਹੀਂ ਮੈਂ ਲੁੱਟਿਆ ਗਿਆ ਬਾਈ ਮੈਂ ਪੁੱਟਿਆ ਗਿਆ ਬਾਈ ਮੈਨੂੰ ਸਿਰਫ ਤੂੰ ਬਚਾ ਸਕਦਾ ਬਾਈ ਮੈਨੂੰ ਬਚਾ ਲਾ ਜ਼ਮੀਨ ਤੇਰੀ ਛੜਾ ਦਿਆਂਗੇ ਪੈਂਦਿਆ ਵੀਰਾ ਪਰ 50,000 ਦਾ ਬੰਦੋਬਸਤ ਕਰਨਾ 50,000 ਬਾਈ ਜੋ ਕੱਖ ਕਾਂਡ ਸੀ ਸਾਰਾ ਇਕੱਠਾ ਕਰਕੇ ਸੁੱਚੇ ਕਾ ਘਰ ਭਰਤਾ ਹੁਣ ਤੈਨੂੰ ਦੇਣ ਲਈ ਮੈਂ 50,000 ਕਿੱਥੋਂ ਲਿਆਵਾਂ ਬਾਈ ਇਹ ਤੋਂ ਕੋਈ ਪੈਸਾ ਨਹੀਂ ਲਵਾਂਗੇ ਜੱਗਿਆ ਇਸ ਗਰੀਬ ਦੀ ਮਦਦ ਆਪਾਂ ਉਹੀ ਕਰਾਂਗੇ ਪਾਗਲ ਹੋ ਗਿਆ ਸ਼ੇਰਿਆ ਇਹਦੇ ਤੋਂ ਪੈਸਾ ਨਾ ਲਵਾਂਗੇ ਤਾਂ ਰੋਟੀ ਕਿੱਥੋਂ ਖਾਵਾਂਗੇ ਰੱਬ ਦਾ ਦਿੱਤਾ ਬਹੁਤ ਕੁਛ ਏ ਇਹ ਤੇ ਵਿਚਾਰਾ ਅੱਗੇ ਕਰਜ਼ੇ ਥੱਲੇ ਆਇਆ ਬੈਠਾ ਤੂੰ ਫਿਕਰ ਨਾ ਕਰ ਬਈ ਤੇਰੀ ਜ਼ਮੀਨ ਦਾ ਕਬਜ਼ਾ ਅਸੀਂ ਲੈ ਕੇ ਦੇਵਾਂਗੇ ਕਿਉਂ ਬਈ ਜੱਗਿਆ ਚੱਲ ਠੀਕ ਹੈ ਯਾਰਾ ਜਿਵੇਂ ਤੂੰ ਆਖੇ
ਤੁਸੀਂ ਜਿਉਂਦੇ ਰਹੋ ਬਾਈ, ਤੁਸੀਂ ਜਿਉਂਦੇ ਰਹੋ ਬਾਈ, ਤੁਸੀਂ ਜਿਉਂਦੇ ਰਹੋ, ਜਿਉਂਦੇ ਰਹੋ ਬਾਈ। ਚਲੋ ਬੂਟਿਆ ਛੇਤੀ ਕਰ ਓਏ, ਕੀ ਖੇਡਾਂ ਜੀ ਪਾਈ ਜਾਂਦਾ, ਚਲ ਛੇਤੀ ਹੋ, ਕਮਾਲ ਕਰੀ ਜਾਣਾ ਤੂੰ, ਅੱਜ ਤਾਂ ਹੋਣਿਆਂ ਨੀ ਲੱਗਾ ਪਿਆ। ਜ਼ਮੀਨ ਚੋਂ ਬਾਹਰ ਨਿਕਲੋ ਪੈਂਦਿਆ ਵੀਰਾ, ਇਹ ਜ਼ਮੀਨ ਸੁੱਚੇ ਕੋਲ ਗਹਿਣੇ ਕੀਤੀ ਹੋਈ ਹੈ, ਤੁਸੀਂ ਕੌਣ ਹੁੰਦੇ ਹੋ ਇਹਦੇ ਤੋਂ ਕੱਢਣ ਵਾਲੇ? ਸੁਣੋ, ਗਹਿਣੇ ਦੇ ਪੈਸੇ ਇਹ ਦੇ ਚੁੱਕੇ ਤੇ ਹੁਣ ਜ਼ਮੀਨ ਵੀ ਇਹਦੀ। ਮੈਨੂੰ ਇਹਦਾ ਕੋਈ ਪਤਾ ਨਹੀਂ, ਜਾ ਕੇ ਸੁੱਚੇ ਬਾਈ ਨਾਲ ਗੱਲ ਕਰੋ ਜਿਹਦੇ ਕੋਲ ਜ਼ਮੀਨ ਗਹਿਣੇ। ਤੂੰ ਬਾਹਰ ਨਿਕਲੋ ਪੈਂਦਿਆ ਵੀਰਾ। ਉਹ ਗੱਲ ਸੁਣੋ, ਕਹਿੰਦੀ ਸੁੱਚੇ ਨੂੰ ਜਾ ਕੇ ਲੋਕਾਂ ਦੀਆਂ ਜ਼ਮੀਨਾਂ ਨੱਪਣੀਆਂ ਬੰਦ ਕਰ ਦੇਵੇ। ਜ਼ਮੀਨ ਤੇ ਜੱਟ ਦੀ ਜਿੰਦ ਜਾਨ ਹੁੰਦੀ ਆ, ਬੜਾ ਗੂੜਾ ਰਿਸ਼ਤਾ ਹੋਏ ਜੱਟ ਤੇ ਜ਼ਮੀਨ ਦਾ। ਜੱਗ ਤੇ ਜ਼ਮੀਨ ਹੈ ਪਛਾਣ ਜੱਟ ਦੀ, ਜੱਗ ਤੇ ਜ਼ਮੀਨ ਹੈ ਪਛਾਣ ਜੱਟ ਦੀ, ਹੁੰਦੀ ਹੈ ਜ਼ਮੀਨ ਜਿੰਦ ਜਾਨ ਜੱਟ ਦੀ। ਦਿਨ ਹੈ ਠੰਡੀ ਪੱਟ
ਹੁੰਦੀ ਐ ਜ਼ਮੀਨ ਜਿੰਦ ਜਾਨ ਜੱਟ ਦੀ ਹੁੰਦੀ ਐ ਜ਼ਮੀਨ ਜਿੰਦ ਜਾਨ ਜੱਟ ਦੀ ਜ਼ਮੀਨ ਜਿੰਦ ਜਾਨ ਜੱਟ ਦੀ ਹੁੰਦੀ ਐ ਜ਼ਮੀਨ ਜਿੰਦ ਜਾਨ ਜੱਟ ਦੀ ਜ਼ਮੀਨ ਚੋਂ ਬਾਹਰ ਕੱਢ ਦਿੱਤਾ। ਕਿਹਾ ਜੱਗੇ ਕੋਲ ਚਲਾ ਗਿਆ ਜ਼ਮੀਨ ਛੜਾਉਣ ਤੇ ਤੈਨੂੰ ਜ਼ਮੀਨ ਚੋਂ ਬਾਹਰ ਕੱਢਤਾ। ਓਏ ਕੌਣ ਹੁੰਦੇ ਨੇ ਮੇਰੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਵਾਲੇ? ਆ ਭਾਈ ਤੂੰ ਮੇਰੀ ਬਾਤ ਮਾਨ, ਹੁਣ ਤਾਂ ਝਗੜਾ ਕਰਨਾ ਠੀਕ ਨਾ ਸੈ। ਤੁਝੇ ਤਾਂ ਮਾਲੂਮ ਹੈ ਨਾ ਵਾ ਬਹੁਤ ਖਤਰਨਾਕ ਲੋਕ ਹੈ। ਇਹ ਤਾਂ ਉਹਨਾਂ ਦਾ ਮੂੰਹ ਪੈ ਜਾਊਗਾ ਸੇਠਾ। ਸੁੱਚੇ ਦਾ ਘਰੋਂ ਨਿਕਲਣਾ ਬੰਦ ਕਰ ਦੇਣ ਗਏ ਓਏ। ਅਰੇ ਤੂੰ ਸਮਝ ਸਕ ਕੰਮ ਕਿਉਂ ਨਹੀਂ ਲੇਤਾ? ਉਹ ਜ਼ਮੀਨ ਛੋੜਨ ਵਾਲੇ ਨਾ ਸਾਹਿਬ, ਕੋਈ ਹੋਰ ਜ਼ਮੀਨ ਢੂੰਢ ਲੈ। ਓਏ ਜ਼ਮੀਨ ਮੈਂ ਕਿਆ ਬੇਬੇ ਘਰੇ ਹੀ ਆ। ਆਓ ਭਾਈ ਆਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਜਿੰਦੇ ਰਹੋ, ਆ ਬੈਠੋ। ਕੋਈ ਨੀ ਮੈਂ ਡਾਉਣਾ ਬੇਬੇ, ਕੋਈ ਨੀ ਆ ਜਾ ਬਾਜਾ। ਹਾਂ ਭਾਈ। ਨੀ ਕੁੜੀਏ ਚਾਹ ਬਣਾ ਕੇ ਲੈ ਆ, ਹੁਣੇ ਲੈ ਕੇ ਆਈ ਮਾਂ ਜੀ। ਹਾਂ ਭਾਈ ਦੱਸੋ ਕੀ ਕੰਮ ਹੈ? ਮਾਂ ਜੀ ਮੇਰਾ ਨਾਂ ਹੈ ਸੁੱਚਾ ਤੇ ਮੈਂ ਤੁਹਾਡੇ ਨਾਲ ਦੇ ਪਿੰਡ ਰਹਿਣਾ।
मैं सुनया सी तुसी अपनी जमीन ठेके ते देनी है ते मैं सोचा क्यों ना मैं ले लवां जमीन ता भाई असी ठेके ते देनी है पर एदा ना होए ना पैसे लेन दे मौके ते असी थोड़े मगर मगर फिरिए ओए होए कहो जिया पराईया गल्ला कर दियो नाले मैं ता थोड़े पुत्ता अरगा तुसी दसो मामला किन्ना लेना है मैं ते लवांगी 2000 रुपया एक किले दा ते मेरी जमीन है 20 किले जदों जी चाहे तुसी मिल लेना ओहो फिर पराईया गल्ला मां पुत्तां दी कदे मिणती होई है मां जी आ फड़ो बयाना जिंदा रहे पुत्त किन्ने ने ये 1000 रुपया जी मां जी चाह माने आ ले पुत्त चाह पी लो इतना जमीन दे नाल नाल रंग भी मिल रही है सुजिया तू ता इस तो बड़ा सौदा कदे नहीं कीता होए कदे नहीं कीता सुचा कदे नहीं कीता अमलियो किथे मर गए पैंदे वीरो और सजा मैं क्या भाई उन्होंने केड़ी मां कोले जाना सी ਆ ਤੂੜੀ ਵਾਲੇ ਕੋਠੇ 'ਚ ਬੈਠੇ ਡੋਡੇ ਪੀਂਦੇ ਹੋਣਗੇ ਮੈਂ ਲਿਆਉਣਾ ਬੁਲਾ ਕੇ ਜਾ ਲਿਆ ਲਿਆ ਸਤਿਗੁਰੂ ਅੱਛਾ ਸੱਜਿਆ ਅੱਜ ਹੀਰ ਹੀ ਸੁਣਾ ਲੈ ਫਿਰ ਓਏ ਅੱਜ ਤਾਂ ਮੱਲੋ ਮੱਲੀ ਔੜਦੀਆਂ ਨੇ ਸੁਣਾ ਹੀਰ ਆਖਦੀ ਫੁੱਫੜਾ ਰਾਂਝਿਆ ਵੇ ਹੈ ਆ ਫੁੱਫੜ ਕਿੱਥੋਂ ਹੋ ਗਿਆ ਓਏ ਉਹਦੀ ਭੂਆ ਨੂੰ ਕੱਢ ਲਿਆ ਸੀ ਜਿਵੇਂ ਤੂੰ ਮੇਰੀ ਬੇਬੇ ਨੂੰ ਕੱਢ ਲਿਆ ਸੀ ਹਾਂ ਕਹਿੰਦੀ ਮੈਨੂੰ ਘਾ ਦੀ ਪੰਡ ਚਕਾ ਜਾਵੀਂ ਹਾਏ 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 ਘਾ ਖੁੱਦ ਦੀ ਮੁੜ ਕੇ ਜੀ ਘਾਇਲ ਹੋਈ ਤੇ ਕਹਿੰਦੀ ਜ਼ਰਾ ਲੱਸੀ ਦੀ ਘੁੱਟ ਪਿਆ ਜਾਵੀਂ ਸੁਣ ਅੱਗੇ ਰਾਂਝੇ ਆਖਿਆ ਹੀਰੇ ਮਾਸੀਏ ਨੀ ਉਹ ਮਸ ਕਿਵੇਂ ਹੋਈ ਉਹ ਰਾਂਝੇ ਦਾ ਬੁੜਾ ਹੀਰ ਦੀ ਵੱਡੀ ਭੈਣ ਨੂੰ ਕੱਢ ਲਿਆ ਸੀ ਨਾ ਅੱਛਾ ਮਾਸੀ ਹੋਈ ਨਾ ਅਸਾਂ ਦੁੱਧ ਨਾਲ ਅੱਜ ਰਿੜ ਕੇ ਆਏ ਦਰ ਦਰ ਆਇਆ ਮੈਂ ਮੰਗ ਸਾਰੇ ਅੱਗੋਂ ਹਰੇਕ ਨੇ ਮੈਨੂੰ ਝਿੜਕਿਆ ਝਿੜਕਾ ਖਾਣਾ ਤੇ ਕੰਮ ਹੈ ਆਸ਼ਕਾ ਦਾ ਗੱਲ ਸੁਣ ਲੈ ਪੁੱਤਰਾ ਰਾਂਝਿਆ ਵੇ ਜਿਨੇ ਇਸ਼ਕ ਦੇ ਵਿੱਚ ਪੈਰ ਰੱਖਿਆ ਤੇ ਗਿਆ ਕੁੱਪਿਆ ਦੇ ਢੋਲ ਵਾਂਗ ਮਾਂਝਿਆ ਵੇ ਆ ਟੁਕੜਾ ਚੁਕਿਆ ਕਰ ਉੱਪਰ ਲੈ ਮੈਂ ਆਪ ਦਾ ਚੱਟ ਲੈਣਾ ਹਾਲੇ ਤਾਂ ਸੈਂ ਦੇ ਪੁੱਤ ਬਣੇ ਬੈਠੇ ਐ ਜਦੋਂ ਮਾੜਾ ਜਿਹਾ ਪਾਸੇ ਹੋ ਜੀਏ ਆਪਦੇ ਪੱਕੇ ਰਾਹ ਛੇੜ ਕੇ ਬਹਿ ਜਾਂਦੇ ਐ ਬਾਜਾ ਕਿੱਧਰ ਨੂੰ ਜਾਂਦਾ ਤੇ ਢੋਲ ਕਿੱਧਰ ਨੂੰ ਜਾਂਦਾ ਕਰਦਾ ਮੈਂ ਇਹਨਾਂ ਨੂੰ ਠੀਕ ਮਾੜਾ ਜਿਹਾ ਕਰਦਾ ਚਲੋ ਠੀਕ ਸਾਰੇ ਓਏ ਓਏ ਫੇਰ ਡੋਡੇ ਕੋਲੀ ਬੈਠੇ ਹੋ ਇਹ ਕੋਈ ਸੌਖੇ ਘੁਲਦੇ ਨੇ 3-4 ਘੰਟੇ ਘੁਲਣ ਨੂੰ ਲੱਗਦੇ ਨੇ 3-4 ਘੰਟੇ ਨਿਚੋੜਦੇ ਆ ਤੇ ਜਦੋਂ ਪੀਣ ਦੀ ਵਾਰੀ ਆਉਂਦੀ ਹੈ ਉਦੋਂ ਓ ਚੁੱਪ ਕਰ ਆਏ ਓ ਤੈਨੂੰ ਪਤਾ ਹੈ ਡੋਡੇ ਪੀਣੇ ਚੰਗੇ ਆ ਨਾ ਜੀ ਡੋਡੇ ਮੁੜ ਕੇ ਪੀਏਗਾ ਨਹੀਂ ਪੀਂਦੇ ਇਹ ਗੰਦੀ ਚੀਜ਼ ਹੈ ਗੰਦੀ ਹੈ ਠੀਕ ਹੈ ਇਹਨੂੰ ਐ ਕਰਦੇ ਆ ਇਹ ਗੰਦੀ ਚੀਜ਼ ਹੈ ਇਹਨੂੰ ਸਿੱਟ ਉਹ ਸਿੱਟ ਨਾ ਕਰਦੇ ਨੂੰ ਪੀ ਲੈਨੇ ਆ ਚਲੋ ਗੱਲ ਮੁੱਕੀ ਇਹ ਤਾਂ ਮੁਕਾਉਣੀ ਸੀ ਮਾੜੇ ਮੋਟੇ ਹੁਣ ਤੁਸੀਂ ਐ ਕਰੋ ਜੱਗਾ ਸੱਦੀ ਜਾਂਦਾ ਤੇ ਚੱਲੋ ਓਏ ਅਮਲੀ ਨਹੀਂ ਆਏ ਆਓ ਭਾਈ ਆ ਲਓ ਜੀ ਮੈਂ ਸੱਦ ਲਿਆ ਅਮਲੀਆਂ ਨੂੰ ਸਤਿ ਸ੍ਰੀ ਅਕਾਲ ਜੀ ਤੂੰ ਵੀ ਬੋਲੇ ਕਹਿਤਾ ਓ ਪੈਂਦੇ ਹੋ ਵੀਰੋ ਕੋਈ ਕੰਮ ਵੀ ਕਰ ਲਿਆ ਕਰੋ ਕਿ ਸਾਰਾ ਦਿਨ ਡੋਡੇ ਹੀ ਪੀਂਚ ਰਹਿੰਦੇ ਹੋ ਤੇ ਸਾਨੂੰ ਕਿਹੜਾ ਡੋਡੇ ਪੀਣ ਦਿੰਦਾ ਹੈ ਅਸੀਂ ਤਾਂ ਪਹਿਲਾਂ ਭਿਉਨੇ ਆ ਫਿਰ ਨਿਚੋੜਦੇ ਆ ਤੇ ਜਦੋਂ ਪੀਣ ਦੀ ਵਾਰੀ ਆਉਂਦੀ ਹੈ ਇਹ ਆ ਜਾਂਦਾ ਉੱਤੋਂ ਹੁਣ ਵੀ ਮਾਲਕੋ ਬਾਟੀ ਮਾਜ ਕੇ ਹੋ ਮਾਰੀ ਤੂੰ ਇਹਨਾਂ ਦੇ ਡੋਡੇ ਕਿਉਂ ਪੀਣਾ ਵਾ ਉਹ ਮੈਂ ਕਿਹਾ ਜੀ ਮੇਰੇ ਤੇ ਜਾਮ ਲਾਉਣ ਦੀ ਕੋਈ ਲੋੜ ਨਹੀਂ ਜੇ ਮੈਂ ਡੋਡੇ ਪੀਣੇ ਹੋਣ ਪਹਿਲਾਂ ਮੈਂ ਡੋਡੇ ਲਿਆਵਾਂ ਫਿਰ ਮੈਂ ਪੀਵਾਂ ਤੇ ਫਿਰ ਮੈਂ ਪੀਵਾਂ ਮੈਂ ਤੇ ਇਹਨਾਂ ਤਾਂ ਖੋ ਲੈਣਾ ਕਿ ਤੇ ਇਹਨਾਂ ਦੀ ਆਤ ਨਾ ਬਿਗੜ ਜੇ ਤੇ ਜੇ ਮੈਂ ਜ਼ਮੀਨ ਤੇ ਤਾਂ ਨਹੀਂ ਸਿਰਦਾ ਵੀ ਜੇ ਮੈਂ ਜ਼ਮੀਨ ਤੇ ਸਿਰਦਾ ਤਾਂ ਜ਼ਮੀਨ ਨੂੰ ਨਸ਼ਾ ਹੋ ਜਾਊਗਾ ਤੇ ਜ਼ਮੀਨ ਤੇ ਭੁਚਾਲ ਆ ਜਾਊਗਾ ਚੱਪ ਸਾਲਾ ਬੋਲਣੋਂ ਨਹੀਂ ਹਟਦਾਗਾ ਉਹ ਸਿੱਤਾ ਫਿਰ ਕਦੋਂ ਕਦਾ ਗਿਆ ਹੋਇਆ ਉਹ ਤਾਂ ਮਾਲਕੋ ਸਵੇਰ ਦਾ ਗਿਆ ਵਾ ਪਹੁੰਚ ਗਿਆ ਉਟਕਾਣੇ ਓਏ ਓਏ ਮੇਰਾ ਕੀ ਹੋ ਗਿਆ ਤੂੰ ਮੂੰਹ ਸਰ ਬਣਾਈ ਫਿਰਦਾ ਮੇਰਾ ਮਾਲ ਖੋਲਿਆ ਕਿਸੇ ਨੇ ਮਾਲ ਖੋਲਿਆ ਤੇਰਾ ਕਿਸੇ ਨੇ ਹੈ ਇਹ ਕਿਹੜਾ ਜੰਮ ਪਿਆ ਸ਼ੇਰ ਦੇ ਜਬਾੜਿਆਂ 'ਚ ਹੱਥ ਪਾਉਣਾ ਕਿਤੇ ਨਵੇਂ ਪਿੰਡੀਆ ਨਾਜਰ ਤੇ ਨਹੀਂ ਅੱਜ ਤਾਂ ਤੇਰੀ ਚਾਂਦੀ ਬਣ ਗਈ ਨਾਜਰਾ ਤੇਰੀ ਚਾਂਦੀ ਉਹ ਤੇਰੀ ਜ਼ਿੰਦਗੀ ਬਣ ਗਈ ਤੇਰੀ ਜ਼ਿੰਦਗੀ ਓਏ ਵੱਡੇ ਵੈਲੀ ਬਣੇ ਫਿਰਦੇ ਸੀ ਸ਼ੇਰਿਆ ਤੁਸੀਂ ਤੁਸੀਂ ਇੱਥੇ ਕੀ ਲੈਣਾ ਹੈ ਸਾਡੇ ਬੰਦੇ ਤੋਂ ਮਾਲ ਖੋ ਕੇ ਪੁੱਛਦਾ ਕੀ ਲੈਣਾ ਹੈ ਸਾਡੇ ਨਾਲ ਪੰਗਾ ਲੈਣ ਵਾਸਤੇ ਤੈਨੂੰ ਦੁਬਾਰਾ ਜਨਮ ਲੈਣਾ ਪਏਗਾ ਭੈਣ ਜੀ ਦਾ ਇਸ ਜਨਮ ਵਿੱਚ ਤੂੰ ਕੁਝ ਨਹੀਂ ਕਰ ਸਕਦਾ ਤਾਂ ਫਿਰ ਮੇਰੇ ਬੰਦਿਆਂ ਨੂੰ ਮਾਲ ਵੇਚਣ ਤੋਂ ਕਿਉਂ ਰੋਕਦੇ ਹੋ
ਓਏ ਜੇ ਇਹ ਗੱਲ ਏ ਤਾਂ ਸਿੱਧਾ ਹੋ ਕੇ ਮਰਦਾਂ ਵਾਂਗੂ ਮੱਥਾ ਲਾ। ਇਹ ਡਰਾਮੇ ਜੇ ਕੀ ਕਰੀ ਜਾਂਦਾ। ਸਾਡੀ ਬਰਾਦਰੀ ਦਾ ਸੀ ਜਿਸ ਕਰਕੇ ਛੱਡਤਾ, ਅੱਗੇ ਤੋਂ ਐਸੀ ਹਰਕਤ ਕੀਤੀ ਤਾਂ ਤੇਰੀ ਸੱਕੀ ਭੈਣ ਨੂੰ ਚੁੱਕ ਕੇ ਲੈ ਜਾ। ਕੀ ਕਰਨ ਆਏ ਸੀ? ਐਵੇਂ ਮਿਲਣ ਆਏ ਸੀ? ਮਿਲਣ ਆਏ ਸੀ ਜਾਂ ਆਪਣੀ ਖੋਈ ਹੋਈ ਫੀਮ ਵਾਪਸ ਲੈਣ ਆਏ ਸੀ? ਫੀਮ? ਕਿਹੜੀ ਫੀਮ? ਕਿਉਂ ਐਵੇਂ ਕਮਲੀਆਂ ਦੀਆਂ ਗੱਲਾਂ ਮਾਰੀ ਜਾਂਦੀਆਂ? ਕਮਲੀਆਂ ਮੈਂ ਨਹੀਂ ਮਾਰਦੀ, ਕਮਲਾ ਤਾਂ ਤੂੰ ਹੋਇਆ ਫਿਰਦਾ ਹੈ। ਜਵਾਨ ਭੈਣ ਘਰ ਹੋਵੇ ਉਹ ਵੀ ਮਾਪਿਓ ਤੋਂ ਵਾਰੀ, ਤੇ ਉਹਦਾ ਭਰਾ ਲੋਕਾਂ ਨਾਲ ਮਿਲ ਕੇ ਫੀਮ ਵੇਚੇ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਕੀ ਸੋਚਦੀ ਆ ਮੈਨੂੰ ਇਹ ਸਾਰਾ ਕੁਝ ਕਰਕੇ ਖੁਸ਼ੀ ਮਿਲਦੀ ਆ? ਮੈਂ ਇਹ ਸਾਰਾ ਕੁਝ ਤੇਰੇ ਲਈ ਤਾਂ ਕਰ ਰਿਹਾ। ਉਹ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਹੈ ਕਿ ਨਹੀਂ? ਕੋਈ ਕੁੜੀ ਇਹਨਾਂ ਨੀਵਾਂ ਨਹੀਂ ਸੋਚੇਗੀ ਕਿ ਉਹਦੇ ਵਿਆਹ ਲਈ ਉਹਦਾ ਭਰਾ ਫੀਮ ਵੇਚੇ। ਸਗੋਂ ਮੈਨੂੰ ਤਾਂ ਆਈਓ ਡਰ ਰਹਿੰਦਾ ਇੱਕ ਸਮਗਲਰ ਦੀ ਭੈਣ ਲਈ ਕਿਸੇ ਘਰ ਵਿੱਚ ਥਾਂ ਹੋਵੇਗੀ ਜਾਂ ਨਹੀਂ। ਬਿੱਲੋ, ਬਿੱਲੋ ਕਮਲੀ ਹੋ ਗਈ ਆ। ਬਿੱਲੋ ਮੈਨੂੰ ਤੇਰੀ ਸੌ, ਮੈਂ ਅੱਗੇ ਤੋਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਾਂ। ਅੱਛਾ ਹਾਂ, ਸੱਚ ਮੈਨੂੰ ਯਾਦ ਆਇਆ, ਉਹ ਮਾਸੀ ਦੀ ਚਿੱਠੀ ਆਈ ਸੀ ਪਿੰਡੋਂ। ਉਹਦੀ ਛੋਟੀ ਕੁੜੀ ਕਹਿੰਦੀ ਆ ਕਿ ਮੈਨੂੰ ਤੇਰਾ ਮਿਲਣ ਨੂੰ ਜੀ ਕਰਦਾ, ਜਾ ਕੁਝ ਦਿਨ ਉਸੇ ਕੋਲ ਰਹਿ, ਤੇਰਾ ਜੀ ਲੱਗ ਜਾਵੇਗਾ। ਹੈਂ, ਸ਼ਾਬਾਸ਼, ਚੱਲ ਉੱਠਦਾ। ਪ੍ਰੀਤੋ, ਨੀ ਪ੍ਰੀਤੋ, ਆ ਬੈਠ। ਮੇਰੇ ਤੂੰ ਤਾਂ ਆਉਂਦੀ ਨੀ, ਮੈਂ ਕਿਹਾ ਮੈਂ ਹੀ ਮਿਲਣਾ ਵਾ। ਐਵੇਂ ਨਾ ਮਾਰੇ ਜਾ, ਮੈਨੂੰ ਸਭ ਪਤਾ ਤੂੰ ਕਿਹਨੂੰ ਮਿਲਣ ਆਉਣੀ ਹੈ। ਦੇਖ ਕਿਵੇਂ ਪੋਕੀ ਜਾਂਦੀ ਹੈ, ਤੇਥੋਂ ਬਗੈ ਮੈਂ ਕਿਸ ਨੂੰ ਮਿਲਣਾ? ਨਹੀਂ, ਉਹ ਵਿਚਾਰਾ ਜੀਤਾ ਮੈਂ ਤੂੰ ਕਈ ਵਾਰੀ ਪੁੱਛ ਚੁੱਕਿਆ, ਬਿੱਲੋ ਕਦੋਂ ਆਵੇਗੀ? ਅੱਛਾ, ਤਾਂ ਤੂੰ ਸਾਰਾ ਕੁਝ ਬੁੱਝੀ ਬੈਠੀ ਹੈ। ਠਹਿਰ ਜਾ, ਤੇਰੇ ਵਪਾਰੀ ਵੀ ਉੱਠ ਖੜਨਗੇ। ਨਾ ਬਾਬਾ, ਮੈਂ ਨਹੀਂ ਅਜੇ ਕੰਮ ਚ ਪੈਂਦੀ। ਮੈਂ ਕਿਹਾ ਲੱਗ ਜਾਂਦੇ ਤੇਰਾ ਵੀ ਪੇਚਾ, ਮੈਂ ਵੀ ਤੇਰੀ ਕੋਈ ਮਦਦ ਨਹੀਂ ਕਰੀ। ਹਾਂ, ਕੀ ਜਾਂਦੀ ਹੈ, ਚੁੱਪ ਕਰਕੇ ਬਹਿ ਜਾ। ਜੀਤੇ, ਓ ਜੀਤੇ, ਮੈਨੂੰ ਲੱਗਦਾ ਉਹ ਬਾਹਰ ਨੂੰ ਗਿਆ। ਚੰਗਾ, ਤੂੰ ਜਾ, ਉਹਦੇ ਮਗਰੇ ਹੀ ਜਾ। ਅੱਛਾ ਅੱਛਾ, ਚਾਹਨੀ ਆ, ਮੈਂ ਉਹਨੂੰ ਆਪੇ ਲੱਭ ਲਾਂਗੀ। ਭਾਈ, ਆ ਪੱਠੇ ਵੱਢ ਗਏ ਨਾ, ਪਰਲੇ ਖੇਤਾਂ ਵਾਲੇ ਚਲਾ ਜਾਈ। ਓ ਬਿੱਲੋ, ਤੂੰ, ਮੈਂ ਤੇਰੇ ਮਗਰ ਪਿੰਡ ਤੁਰੀ ਫਿਰਦੀ ਆ ਤੇ ਤੂੰ ਮਿਲਦਾ ਹੀ ਨਹੀਂ। ਓ ਟਾਈਮ ਹੀ ਨਹੀਂ ਮਿਲਦਾ, ਮਿਲੀਏ ਕਿੱਥੋਂ ਤੈਨੂੰ? ਗੁੱਸੇ ਹੋ ਗਈ? ਮੈਂ ਤਾਂ ਤੈਨੂੰ ਕਈ ਦਿਨਾਂ ਦਾ ਉਡੀਕੀ ਜਾਂਦਾ। ਚੱਲ ਚੱਲ, ਆਇਆ ਇੱਧਰ ਨੂੰ ਚੱਲੀਏ, ਇੱਥੇ ਠੀਕ ਆ। ਸੱਚੀ ਮੈਂ ਤੈਨੂੰ ਬਹੁਤ ਦਿਨਾਂ ਉਡੀਕਦਾ। ਪਿਆਰ ਵਿੱਚ ਤਾਂ ਸੁਣਿਆ ਐਵੇਂ ਉਡੀਕਣਾ ਪੈਂਦਾ ਹੈ, ਨਾਲੇ ਇੰਤਜ਼ਾਰ ਦਾ ਫਲ ਮਿੱਠਾ ਹੁੰਦਾ ਹੈ। ਚਖਾ ਤਾਂ ਜ਼ਰਾ। ਐ ਲੈ। ਓ ਪਿਆਰ ਦਾ ਸਿਓ ਕਿੱਥੋਂ ਆ ਗਿਆ? ਸੁਣਿਆ ਸੀ ਹੀਰ ਤਾਂ ਦੇਸੀ ਘਿਓ ਦੀ ਚੂਰੀ ਖਵਾਉਂਦੀ ਹੁੰਦੀ ਸੀ, ਇਹ ਸਿਓ ਕਿੱਥੋਂ ਆ ਗਿਆ ਵਿੱਚ? ਅੱਜ ਕੱਲ ਹੀਰ ਵੀ ਕੀ ਕਰੇ, ਦੇਸੀ ਘਿਓ ਨਹੀਂ ਨਾ ਮਿਲਦਾ। ਇਹ ਤਾਂ ਹੈ, ਦੇਸੀ ਘਿਓ ਤਾਂ ਨਹੀਂ ਮਿਲਦਾ। ਮੈਂ ਕਿਹਾ ਸੁਣਿਆ ਮੇਰਾ ਰਾਂਝਾ ਨਾਰਾਜ਼ ਨਾ ਹੋ ਜਾਏ, ਇਸ ਕਰਕੇ ਮੈਂ ਇਹ ਲੈ ਆਈ। ਮੈਂ ਤੇਰੇ ਨਾਲ ਨਾਰਾਜ਼ ਕਿਵੇਂ ਹੋ ਸਕਦਾ ਹਾਂ, ਤੂੰ ਤਾਂ ਮੇਰੀ ਜਿੰਦ ਜਾਨ ਹੈ। ਜਦ ਨੱਚ ਕੇ ਵਿਖਾ ਨਾ, ਪਰ ਮੈਂ ਜਦੋਂ ਨੱਚਦੀ ਹੈ ਨਾ ਨਸ਼ਾ ਜਾ ਜਾਂਦਾ। ਅੱਛਾ, ਹਾਂ ਚੱਲ। ਕੁੜਤੀ ਸਲੱਟੀ ਪੱਕੇ ਅੱਜ ਕੁੜੀਏ, ਕੁੜਤੀ ਸਲੱਟੀ ਪੱਕੇ ਅੱਜ ਕੁੜੀਏ, ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ, ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ, ਹਾਂ ਨੱਚ ਕੁੜੀਏ, ਸ਼ਾਵਾ ਨੱਚ ਕੁੜੀਏ, ਓ ਕੁੜੀਏ। ਗੋਰੀ
ਮੇਰਾ ਗੋਰੀਆਂ ਪਾਵਾਂ ਦੇ ਵਿੱਚ ਲਾਲ ਗੁਲਾਬੀ ਵੰਗਾ ਗੋਰੀਆਂ ਗੋਰੀਆਂ ਪਾਵਾਂ ਦੇ ਵਿੱਚ ਲਾਲ ਗੁਲਾਬੀ ਵੰਗਾ ਆਪਣੇ ਦਿਲ ਦੀ ਮਰਜ਼ੀ ਕਰਦੇ ਆ ਪੁੱਛਦਾ ਕਿਉਂ ਮੈਂ ਚੰਗਾ ਆਪਣੇ ਦਿਲ ਦੀ ਮਰਜ਼ੀ ਕਰਦੇ ਆ ਪੁੱਛਦਾ ਕਿਉਂ ਮੈਂ ਚੰਗਾ ਕੱਚਾ ਤੇਰੀ ਵੰਗਾਂ ਦਾ ਇੱਕ ਕੱਚ ਕੁੜੀਏ ਕੱਚਾ ਤੇਰੀ ਵੰਗਾਂ ਦਾ ਇੱਕ ਕੱਚ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਪੱਲੇ ਨੱਚ ਕੁੜੀਏ ਸ਼ਾਵਾ ਨੱਚ ਕੁੜੀਏ ਓ ਸੋਣੀਏ ਮੱਚ ਕੁੜੀਏ ਪਿਆਰ ਵਾਲੀ ਅੱਗ ਗਈ ਮੱਚ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਆਹੋ ਨੱਚ ਕੁੜੀਏ ਬੱਲੇ ਨੱਚ ਕੁੜੀਏ ਓ ਹੀਰੀਏ ਜੇ ਠੁਮਕਾ ਲਾ ਕੇ ਕਿਸੇ ਵਿੱਚ ਤੂੰ ਨੱਚੀ ਇੱਕ ਵਾਰੀ ਜੇ ਠੁਮਕਾ ਲਾ ਕੇ ਕਿਸੇ ਵਿੱਚ ਤੂੰ ਨੱਚੀ ਸੌ ਸੌ ਤੇ ਮੈਂ ਨੋਟ ਕਰਾਰੇ ਵਾਰ ਸੁਟਾਂਗਾ ਪੱਚੀ ਸੌ ਸੌ ਤੇ ਮੈਂ ਨੋਟ ਕਰਾਰੇ ਵਾਰ ਸੁਟਾਂਗਾ ਪੱਚੀ ਯਾਰ ਤੇਰਾ ਜਾਨੀ ਕਹਿੰਦਾ ਸੱਚ ਕੁੜੀਏ ਯਾਰ ਤੇਰਾ ਜਾਨੀ ਕਹਿੰਦਾ ਸੱਚ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਮੇਰੇ ਨਾਲ ਨੱਚ ਕੁੜੀਏ ਬੱਲੇ ਨੱਚ ਕੁੜੀਏ ਸ਼ਾਵਾ ਨੱਚ ਕੁੜੀਏ ਕੁੜੀਏ ਕੁੜਤੀ ਸਲੇਟੀ ਪੱਕੇ ਅੱਜ ਕੁੜੀਏ ਕੁੜਤੀ ਸਲੇਟੀ ਪੱਕੇ ਅੱਜ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਇੱਕ ਵਾਰੀ ਮੇਰੇ ਨਾਲ ਨੱਚ ਕੁੜੀਏ ਬੱਲੇ ਨੱਚ ਕੁੜੀਏ ਸ਼ਾਵਾ ਨੱਚ ਕੁੜੀਏ ਕੁੜੀਏ ਤੇ ਉੱਥੇ ਜਾ ਵੜਿਆ ਮੈਂ ਇੱਥੇ ਬਣ ਗਿਆ ਗੱਲ ਬਾਪੂ ਉਹ ਕਿਹੜੀ ਤੁਰੀ ਆਉਂਦੀ ਹੈ ਇਹ ਕੋਈ ਪਿੰਡ 'ਚ ਨਵੀਂ ਕੁੜੀ ਆਈ ਆਪਣੇ ਪੁਰਾਣੀਆਂ ਤਾਂ ਮੈਂ ਜੁੱਤੀਆਂ ਖਾਈ ਚੁੱਕਿਆ ਕੋਈ ਨਵੀਂ ਫਸੀ ਮੇਰੇ ਕੋਲ ਅਜੇ ਫਸੀ ਤਾਂ ਖੈਰ ਜੋ ਰੁਕ ਤਾਂ ਗਈ ਮੈਂ ਕਰਦਾ ਗੱਲ ਆ ਸਿਟੀ ਕਿਹਨੇ ਮਾਰੀ ਹੈ ਇਹ ਸਿਟੀ ਮੈਂ ਮਾਰੀ ਹੈ ਜੀ ਨਹੀਂ ਨਹੀਂ ਸਿਟੀ ਮੈਂ ਮਾਰੀ ਹੈ ਕਾਹਤੋਂ ਮਾਰੀ ਮੈਂ ਮਾਰੀ ਹੈ ਮੈਂ ਮਾਰੀ ਹੈ ਮੈਂ ਮਾਰੀ ਹੈ ਮੈਂ ਮਾਰੀ ਮੈਂ ਮਾਰੀ ਹੈ ਗੱਲ ਇਹ ਜੀ ਸਿਟੀ ਇਹਨੇ ਮਾਰੀ ਸੀ ਇਹਦਾ ਕਰੈਕਟਰ ਹੈ ਖਰਾਬ ਤੇ ਜਿਹਦਾ ਕਰੈਕਟਰ ਖਰਾਬ ਹੋਵੇ ਉਹਦੇ ਜੁੱਤੀਆਂ ਪੈਣੀਆਂ ਚਾਹੀਦੀਆਂ ਰਹੀ ਗੱਲ ਮੇਰੀ ਮੇਰਾ ਕਰੈਕਟਰ ਬਹੁਤ ਉੱਚਾ ਹੈ ਜੀ ਪਿੰਡ ਦੇ ਸਾਰੇ ਨਿਆਣੇ ਸਿਆਣੇ ਬੁੜੇ ਅਮਲੀ ਟਰੱਕਾਂ ਵਾਲੇ ਬਲਦਾਂ ਵਾਲੇ ਸਾਰੇ ਮੇਰੇ ਕਦਰ ਕਰਦੇ ਆ ਜੀ ਹਰੇ ਥਾਣੇ ਦੇ ਵਿੱਚ 10 ਨੰਬਰੀ ਤੋੜਦੇ ਦਾ ਨਾਂ ਹੈ ਬਈ ਫੋਟੋ ਲੱਗੀ ਹੋਈ ਹੈ ਉਹ ਕਿਹੜੀ ਕੁੜੀ ਹੈ ਜਿਹਨੇ ਮੈਨੂੰ ਦੋ ਵਾਰੀ ਕੁੱਟਿਆ ਨੀਗਾ ਤੇ ਮਿਲੂੰਗੀ ਕਿਤੇ ਓਏ ਠਹਿਰ ਜਾ ਤੂੰ ਰੁਕੀ ਕੋ ਜਾਣਾ ਮੈਂ ਉਧਰ ਜਾਣ ਲੱਗਿਆ ਸੀ ਮਗਰੇ ਕਿੱਧਰ ਚੱਲਿਆ ਏ ਮੇਰੇ ਘਰਾਂ ਚਕੜੇ ਨੂੰ ਅੰਨਾ ਹੋਇਆ ਹੋਏ ਅੰਨੇ ਤੇ ਤੁਸੀਂ ਹੋਏ ਹੋਏ ਆ ਪੈਸੇ ਦੇ ਨਸ਼ੇ ਚ ਕੁਝ ਸੋਚ ਕੇ ਗੱਲ ਕਰ ਓਏ ਭੈਣ ਦਿਆ ਵੀਰਾ
ਓਏ ਪੰਗਾ ਤਾਂ ਬਰਾਬਰ ਦੇ ਨਾਲ ਲਈਦਾ ਤੇਰਾ ਤੇ ਸਾਡਾ ਤਾਂ ਬਹੁਤ ਫਰਕ ਹੈ ਹਾਂ ਤੇਰੇ ਤੇ ਮੇਰੇ ਚ ਬਹੁਤ ਫਰਕ ਹੈ ਤੂੰ ਗਰੀਬਾਂ ਨਾਲ ਧੱਕਾ ਕਰਦਾ ਹੈ ਤੇ ਮੈਂ ਉਹਨਾਂ ਦੀ ਮਦਦ ਕਰਦਾ ਭਾਈ ਮਾਰਾ ਇਹਦਾ ਗੋਲੀ ਓ ਨਹੀਂ ਓਏ ਇਹਦੀ ਜ਼ਬਾਨ ਤਾਂ ਮੈਂ ਉਹੀ ਬੰਦ ਕਰ ਦੂੰ ਆ ਜਾ ਫਿਰ लंबी कहानी फिर कदे सही छड़ आ चलिए शेरे नु की हो गया अपना पता नहीं लग गया की गल है शेरे किवें सुन जा होया बैठा है बाली दानी खाली के बीमार मूर है नहीं यार बीमारी मूरी कोई नहीं मैं तो बस ऊं बैठा सी बीमारी दा तो माल को थनु पता ही है इस उम्र केड़ी लग सकती है लगदा है किसे कुड़ी चिड़ी दे चक्कर च फस के लगदे है ओ सच्ची तां नहीं पैण दिया वीरा कोई टांका फिट हो गया ਐਵੇਂ ਸਾਰਾ ਡੋਡੇ ਪੀ ਕੇ ਕਮਲੀਆਂ ਮਾਰਦਾ ਰਹਿੰਦਾ ਇਹਨੂੰ ਵੀ ਪਤਾ ਯਾਰ ਠੀਕ ਹੈ ਹੁਣ ਤੁਹਾਨੂੰ ਮੇਰੀਆਂ ਗੱਲਾਂ ਕਮਲੀਆਂ ਲੱਗਣੀਆਂ ਉਹ ਚਾਹੇ ਖੜੀ ਬੰਨੇ ਤੇ ਡਿੱਗਦੀ ਹੋਵੇ वाह भाई वाह चंगी कुड़ी है तू हैं ओ मेरे गोडे रगड़े गए ते तू दंद कड्डी जानी है मेनू लगदा तेने तो दिसदा ही घट है जेड़ा टोए टिब्बिया च डिगदा फिरदा है ओ मैं क्या तेरे वर्गी नु देख के ता आदमी नु खूच डिगण दा पता न लगे ए ता माड़े मोटे टोए सी अच्छा ते जनाब नु आष्टी दा भूत सवार होया है ए गल मेनू ता कहती किसे होर हो ना कही अगले गोड्यां दे नाल सिर वी पांदो तेरे वर्गी नूं देख के आदमी नूं खूच डिगण दा पता ना लगे तां माड़े जे टोए सी मैं क्या माड़ा या हंस के दिखा दे मैं तो पट्टियां दी लोड़ ही नहीं रहनेगी भज्जण की कोशिश ना करी ओए नहीं तो फंग जे झाड़ के रख दूं साला तंदरा ना पंगे लेंदा पर तुसी मेरे नाल धक्का कर रहे हो और धक्का नहीं ओए तेरी ओदे दी पाई होई पाजी मोड़ ना आया पैंदिया वीरा अज तो बाद तू पीन तक ही दुध वेचन भी तरसेगा आए दिमाग च मेरिया गल्ला क्यों नहीं पैंदिया तू ये काम क्यों नहीं छड़ दंदा छड़ दे
और रोटी खाने लिए कुछ तो करना पैना। रोटी खाने लिए मेहनत करनी जरूरी है, ना कि फीम बेचनी। तू खेती का काम क्यों नहीं कर लेंदा? खेती कादे ते करा, अपनी हिक ते हर बावा, दो किले ता जमीन दे, ओदे नालता सी एवी भुखे मर जावांगे। कुछ नहीं होंदा, हौसला रख, मैं तेरे नाल हां, आपां थोड़ी खा के गुजारा कर लवांगे। जे तैनू कुछ हो गया ना, ते तेतो सिवा मेरा इस दुनिया च कौन है? मैं कल्ली रह जांगी वीरा, मैं कल्ली रह जांगी। जावे पेड़े, ये कोई शराब है? कोई बढ़िया शराब पी बढ़िया, जिदा नशे ही ना उतरे। बढ़िया शराब? ये दो बढ़िया केड़ी पिया, तू ही दस ना फिर। मेरी अखा चुपी, तीखी सदा शराबी रहेगा, जिदा नशे ही ना उतरे। दुकट पार के तवेख। ला पा फिर। और पहली दारू पीती ने होर मंगी जाना, की करदा पैंदा वीरा, की सपने ले जाना? हां यार, सपना ही देख रहा सी भाई, एक परी आई हुई सी। ओ तैनू मैं परी लगदा है? ए भाई उम्र ही हो जी है, ए उम्र दे सपने ना आणगे ते होर कदों आणगे? जे तुसी मैथों पूछो जड़े मेनू सपने आंदे हुंदे सी, कदे कोई लैके छप्पड़ विच वड़ जांदी सी, कदे कोई लैके दरख्त ते चढ़ जांदी सी, ते कदे कोई लैके गधे ते चढ़ जांदी सी। बहुत दिंदियां हुंदियां सी मेनू भाई। मेनू सपने क्यों नहीं आंदे? ओ कंजर दे, तू अजे छोटा है। किधर पसे छोटा मैं? तू मेरा एक बारी ब्याह करके देख, साल च दादा बन जाएगा। दूर फेटे मुंह तेरा, दादा बन जाएगा। मैं अजे प्यो फिर बनन नु फिरदा, तू मेनू दादा बनाई जा? तुम्हें तो मचदा है, जिदे मैं मिर्जा बन के किसे नु कढ के लै गया, अखां च कसूर दे दे रोए ना। पुत्रा ने इंजरी सोची दा हुंदा, मैं करू तेरे वास्ते कुछ बंदोबस्त। बस बस बस। बिल्लो बिल्लो नी बिल्लो ले आ गई तेरे मिलन। ला ता तेरा लंबा, आ जा आ जा बैठ, आ जा बैठ। और दस की हाल है तेरा? नहीं हाल तो मेरा बहुत वधी है। अपनी नींदे सोने आ, ते अपनी नींदे जाग दे आ। तेरे वांगू किसे नु याद कर करके पासे नहीं मार दे रहे। अच्छा अच्छा, पै जा हुन चुप करके। मैं ता पासे मार दिया, तेरे वरगिया ता वेड़े च गेड़े देन लग पैंदिया ने। हां सुना प्रीतो, तगड़ियां गुड़े? हां जी तगड़ियां। और मासी सत श्री अकाल। और मासी ठीक सी करे? हां जी ठीक है। की गल रूं चुक के फिर दे हो? ओ बे मैं क्या, दो सेलियां देर बाद कठियां होईयां, कन्हा च रूं दे के ते बैठने पौगा। कोई गल नहीं कोई गल नहीं, आण दे भाभी नु, ओदियां गल्लां सुन खातिर ता तू कन्हा दी मैड भी करदा फिरेगा। ओ बे घर वाले दियां झिड़कां सुन के ता कन्हा दे कीड़े निकल जांदे आ। हैं मैं किवें अड़ी रहि भला? हैं ताही तू ब्याह नहीं करवाउंदा है? मैं तुहाडा दोहां दा डोला तोड़ के फेर लियांगा तुहाडी भरजाई घरे। ओ नजरा, हां ओ भाई नजरा, की गल है भाई? ओ तू कमाल दा बंदा है यार, ओ मैनू बाहर बिठा के आप तू इत्थे बड़िया बैठा। भाई सिया, इन्ना कुड़ियां चिड़ियां दियां गल्लां नहीं खत्म होया करदियां। चल पर लेट हो रहे हैं, छेड़ी कर। अच्छा चल चल, तू मैं आना। आजा आजा। चंगा है, तुसी गल्लां करो, मैं मुड़ के मार दा गेड़ा। अच्छा अच्छा, नहीं की गल, ओदे बारे नहीं पूछना? जानी नहीं जाना, मैं नहीं जाना, तो तू है। कल 4 बजे आथ ने सद्या है। जानी मिलने जाके बहुत तड़पी जांदी सी। मैं भी चलना। ये तू की करेगी उठे जाके? जा तू ही चली जा, जो करना है कर ले। चल जा भी। चली जानी हां। ओ बल्ले, ओए चन कितो चढ़या? चला चलिए। होश आई ते फिर ओ कहन लगी, वे तेनू किसने है पढ़ाई पति? ओ पति जाने ने कीरे पट अपने, साते सोन भी नाल ही जाए पति। ਲਓ ਵੀ ਤੁਹਾਡੇ ਇਮਤਿਹਾਨ ਲੈਣ ਲੱਗੇ ਆ। ਲਓ ਜੀ, ਭਲਾ ਇੱਕ ਬੰਦੇ ਨੇ ਕੁੜੀ ਫਸਾਉਣੀ ਆ, ਉਹ ਕਿਵੇਂ ਫਸਾਊਗਾ? ਤਰੀਕੇ ਦੱਸੋ। ਉਹ ਮੈਂ ਦੱਸਦਾ ਜੀ ਤੁਹਾਨੂੰ। ਹਾਂਜੀ ਬਈ, ਕੁੜੀਆਂ ਕੱਪੜੇ ਲੀੜੇ ਤੇ ਬਹੁਤ ਮਰਦੀਆਂ ਨੇ। ਅੱਛਾ, ਕੋਈ ਸੋਹਣਾ ਜਿਹਾ ਸੂਟ ਲੈ ਕੇ ਦਿਓ ਕੁੜੀ ਨੂੰ, ਉਹ ਫਸੀ ਪਈ ਹੈ।
ਪਰ ਸੂਟ ਆਊ ਕਿੱਥੋਂ? ਮੈਂ ਲਿਆਉਂ ਆਪਣੀ ਬੇਬੇ ਦਾ। ਉਹ ਤੇਰੀ ਬੇਬੇ ਕੋਲ ਕਿਹੜਾ ਸੂਟ ਹੈ? ਉਹੀ ਜੋ ਤੁਹਾਨੂੰ ਕੱਢ ਕੇ ਲਿਆਇਆ ਸੀ ਉਦੋਂ ਪਾਇਆ ਸੀ ਜਿਹੜਾ। ਘੁੱਗੀਆਂ ਪਟੇਰੇ ਵਾਲਾ। ਹੋਰ ਸੂਟ ਬਹੁਤ ਵਧੀਆ ਹੈ। ਉਹ ਸੂਟ ਤਾਂ ਬਹੁਤ ਵਧੀਆ ਹੈ ਪਰ ਬੇਬੇ ਦਾ ਸੂਟ ਕੁੜੀ ਦੇ ਆਊ ਕਿਵੇਂ? ਕਮਾਲ ਕਰੀ ਜਾਂਦੀ ਹੈ ਯਾਰ। ਨਹੀਂ ਇਹ ਉਸ ਵੇਲੇ ਦਾ ਸੂਟ ਹੈ ਇਹਦੀ ਮਾਂ ਦਾ ਜਦੋਂ ਫੁੱਲ ਝੜੀ ਵਰਗੀ ਸੀ। ਉਹ ਚੁੱਪ ਕਰੋ, ਹੁਣ ਫੈਸ਼ਨ ਬਦਲ ਗਏ। ਉਦੋਂ ਪੌਂਚੇ ਖੁੱਲੇ ਹੁੰਦੇ ਸੀ, ਹੁਣ ਪੀੜੇ ਹੋ ਗਏ। ਤੁਸੀਂ ਛੱਡੋ ਰੇ ਯਾਰ, ਤੁਹਾਨੂੰ ਮੈਂ ਦੱਸਦਾ। ਅਬ ਮੇਰਾ ਖਿਆਲ ਹੈ ਲੱਡੂ ਜਲੇਬੀਆਂ ਠੀਕ ਰਹਿਣਗੀਆਂ। ਜੇਬ 'ਚ 5 ਪੈਸੇ ਨਹੀਂ, ਲੱਡੂ ਜਲੇਬੀਆਂ ਭਾਲ ਦੇ। ਉਹ 20-30 ਰੁਪਏ ਆਉਣਗੇ ਕਿੱਥੋਂ? ਉਹ ਸੱਚ ਇਹ ਵੀ ਗੱਲ ਠੀਕ ਹੈ ਬਾਈ, ਪਰ ਮੈਨੂੰ ਐ ਤਾਂ ਦੱਸੋ ਵੀ ਕੁੜੀ ਫਸਾਉਣੀ ਕਿਨੇ ਐ? ਹਾਂ ਅਸਲ ਵਿੱਚ ਨਾ ਇਹ ਕੁੜੀ ਮੈਂ ਫਸਾਉਣੀ ਐ। ਬੋਲੋ ਨਾ ਤੁਸੀਂ, ਕੋਈ ਤਰੀਕਾ ਦੱਸੋ। ਤਰੀਕਾ ਤਰੀਕਾ ਫਰੀਕ ਵਧੀਆ ਹੈ। ਹਾਂਜੀ ਕੋਈ ਇਹੋ ਜਿਹੀ ਬਹਾਦਰੀ ਵਿਖਾਓ ਕੁੜੀ ਨੂੰ ਕਿ ਕੁੜੀ ਤੁਹਾਡੀ ਬਹਾਦਰੀ ਵੇਖ ਕੇ ਤੁਹਾਡੇ ਪਿੱਛੇ ਭੰਬੀਰੀ ਬਣੀ ਫਿਰੇ। ਪਰ ਬਹਾਦਰੀ ਕਿਹੜੀ ਲੱਭੀਏ? ਆ ਗਈ ਜੁਗਤ ਆ ਗਈ। ਕੌਣ ਕੁਸ਼ਤੀਆਂ ਕੁੜੂ ਕੌਣ ਹੈ? ਆਪਣਾ ਕਿਹੜਾ ਜੀ? ਤੈਨੂੰ ਖੋਲਣਾ ਪਾਊਗਾ। ਉਹਦਾ ਮਤਲਬ ਹੈ ਕਿ ਮੈਂ ਚੰਡੀ ਲੈ ਕੇ ਸਾਰੇ ਪਿੰਡ 'ਚ ਗੇੜਾ ਕੱਢਾਂ? ਹੋਰ ਹੋਰ ਚੰਡੀ ਕਿਤੇ ਮੈਂ ਹਾਰ ਨਾ ਜਾਵਾਂ? ਨਹੀਂ ਨਹੀਂ ਲੈ ਲੈ, ਤੂੰ ਹਾਰ ਨਾ ਲੈ ਲੈ, ਤੂੰ ਟਾਲੇਗਾ। ਚੱਲ ਫੇਰ ਠੀਕ ਹੈ ਚੰਡੀ। ਹੌਲੀ ਹੌਲੀ ਤਾਰਾ ਮਾਰੋ, ਕੋਈ ਆ ਵੀ ਜਾਂਦਾ ਹੈ। ਆ ਜੂ ਤਾਂ ਫੇਰ ਕੀ ਹੋ ਜੂ, ਡਰ ਨਾ। ਠੀਕ ਹੈ ਫੇਰ ਵੀ ਆ ਕੇ ਲੀਰ ਦੇ ਲਈ ਫਿਰਦਾ ਹੈ। ਲੀਰ ਇਹ ਝੰਡੀ ਹੈ, ਮੈਂ ਸਾਰੇ ਪਿੰਡ ਤੇ ਝੰਡੀ ਕੀਤੀ ਹੈ ਵੀ ਜਿਹਨੇ ਕੋਲ ਕਰਨਾ ਮੇਰੇ ਸਾਹਮਣੇ ਆਵੇ, ਵਰਨਾ ਲੁਕ ਜੇ ਆਪਦਾ। ਜੇ ਤੇਰੀ ਨਿਗਾਹ 'ਚ ਹੈ ਕੋਈ ਤਾਂ ਲਿਆ ਰਣੇ ਮੈਦਾਨ 'ਚ। ਵੇ ਖੇਤਾਂ 'ਚ ਕੀ ਕਰਦੇ ਹੋ? ਜੇ ਕੋਲ ਕਰਨਾ ਤਾਂ ਪਿੰਡ 'ਚ ਕਰੋ। ਮੈਂ ਕਿਹਾ ਕੋਲ ਤਾਂ ਨਹੀਂ ਹੈ ਜੀ, ਹੁੰਦੇ ਆ ਪਿੰਡਾਂ 'ਚ ਐਵੇਂ ਖੇੜਾ ਖੁੜਾ ਪਾਉਂਦੇ ਫਿਰਦੇ ਆਪਦਾ। ਇਹਨੂੰ ਕੀ ਪਤਾ ਵਿਚਾਰੀ ਨੂੰ। ਉਹ ਕਿਹੜਾ ਮਲਤਾਨ ਨੇ ਬਿਲਿਓ, ਇਹ ਕਿਹੜਾ ਚੂਹਾ ਜਿਹਾ ਤੁਰਿਆ ਆਉਂਦਾ ਓਏ? ਉਹ ਮੈਨੂੰ ਤਾਂ ਆਪ ਨਹੀਂ ਦਿੰਦਾ ਕਿਹੜਾ ਹੈ। ਮੈਂ ਕਿਹਾ ਘਾਹ ਪੂਛ ਲੋ ਜਾਂਦੇ ਹੁੰਦੇ ਆ, ਤੂੰ ਮਾੜਾ ਜਿਹਾ ਬਲਾ ਕਿਹੜਾ ਇਹ? ਓਏ ਇਧਰ 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 ਕੀ ਗੱਲ ਆ ਵੱਡਿਆ ਪਹਿਲਵਾਨਾ? ਕੀ ਗੱਲ ਹੈ ਬਾਈ? ਚੰਡੀ ਕੀਤੀ ਹੈ ਓਏ? ਸਾਡੀ ਚੰਡੀ ਕੀਤੀ ਹੈ ਜਿਹਨੇ ਕੋਲ ਕਰਨਾ ਮੇਰੇ ਨਾਲ ਕਰੇ ਪਿੰਡ ਚੋਂ। ਓਏ ਚੰਡੀ ਮੇਰੀ ਆ ਤੇ ਤੇਰੀ ਆ ਤਾਂ ਬਾਈ ਤੇਰੀ ਹੋਊਗੀ। ਓਏ ਇਹਦੇ ਕਿਵੇਂ ਹੋਗੀ? ਸਾਰੇ ਪਿੰਡ ਚ ਰੌਲਾ ਪਾ ਕੇ ਆਏ। ਹੁਣ ਗਾਓ ਜਾ ਚਲੋ ਕਰ ਤਾਂ ਤੇ ਚੋਟੀ। ਮੈਂ ਕਿਹਾ ਚੰਡੀ ਆ ਤੇਰੀ ਕਿਵੇਂ ਹੈ? ਚੰਡੀ ਆ ਮੇਰੀ ਹੈ। ਆ ਲੈ ਫੜ ਬਾਈ। ਠੀਕ ਹੈ। ਮੈਨੂੰ ਤਾਂ ਪੰਮੂ ਤਾਰੇ ਨਜ਼ਰ ਆਉਣ ਲੱਗ ਗਏ। ਮੈਨੂੰ ਲੱਗਦਾ ਤੁਸੀਂ ਮੈਨੂੰ ਮਰਵਾਓਗੇ ਯਾਰ। ਮੈਨੂੰ ਕੁਛ ਹੋ ਗਿਆ ਨਾ ਤਾਂ ਨੰਬਰ ਦਾ ਟਰੱਕ ਦੇ ਦੇਣਾ ਮੈਨੂੰ, ਸ਼ਹਿਰ ਲੈ ਜਾਓ ਪੱਟੀਆਂ ਪੁੜੀਆਂ ਕਰ ਘੋੜੀ ਲੈ ਜਾਓ ਮਾਰਦੀ। ਠਹਿਰ ਜਾ ਬਾਈ, ਠਹਿਰ ਜਾ ਬਾਈ, ਮੈਂ ਤੇਰੇ ਨਾਲ ਕਦੀ ਕੁਸ਼ਤੀ ਲੜਨੀ ਸੀ, ਉਹ ਤਾਂ ਮੈਨੂੰ ਫਸਾਉਣ ਦਾ ਮਾਰਾ ਨਾ ਤੇਰੇ ਨਾਲ ਪੰਗਾ ਜਿਹਾ ਲੈ ਬੈਠਾ, ਉਹ ਤੂੰ ਛੱਡ ਪਰੇ। ਹੁਣ ਮੈਂ ਪੰਗਾ ਹੀ ਲੱਗਦਾ ਤੇਰੇ ਨਾਲ ਯਾਰ। ਗੱਲ ਸੁਣ, ਜੇ ਕੰਮ ਕਰਨਾ ਰੁਪਈਆ 500 ਲੱਗੂ। ਮੈਂ ਤੈਨੂੰ ਮੁਖਤਿਆਰੇ ਦੇ ਖਰਬੂਜੇ ਮੂੰਹ ਖਵਾ ਦਿਆ ਕਰੂੰਗਾ ਯਾਰ, ਤੂੰ ਐ ਨਾ ਕਰ ਮੇਰੇ ਨਾਲ। ਗੱਲ ਸੁਣ, ਜੇ 500 ਨਹੀਂ ਦੇ ਸਕਦਾ 250 ਦੇ ਦੇ। ਚੱਲ ਠੀਕ ਹੈ, ਮੈਂ ਤੇਰੀ ਗੱਲ ਸਮਝ ਗਿਆ ਬਾਈ, ਮੈਂ ਆਪੇ ਕਿਸਤਾਂ ਕੁਸਤਾਂ ਪੂਰੇ ਕਰ ਦੂੰਗਾ। ਤੂੰ ਐਂ ਕਰ, ਤੂੰ ਮਾੜਾ ਮੇਰੇ ਤੋਂ ਖਾ ਲੈ ਤੇ ਡਰ ਜਾ ਤਾਂ ਕਿ ਮੇਰੀ ਪੋਜੀਸ਼ਨ ਬਣ ਜੇ। ਬਣਦੇ ਹੋ ਐ ਭੱਜ ਗਿਆ ਜਿਵੇਂ ਬਿੱਲੂ ਦੇ ਕੇ ਚੂਹਾ ਭੱਜਦਾ ਹੁੰਦਾ। ਮੈਂ ਕਿਹਾ ਮੰਨਦੀ ਹੈ ਸਾਡੀ ਬਹਾਦਰੀ? ਹਾਂ ਹਾਂ ਤੂੰ ਤਾਂ ਸ਼ੇਰ ਹੈ ਸ਼ੇਰ। ਲਾਉਣ ਲੰਜੀ ਪੁੱਛੀ ਨਾ ਤੁਸੀਂ ਜਾਓ ਉਹਦਾ ਸੋ। ਹੁਣ ਅਸੀਂ ਲੰਡੀ ਪੁੱਛੀ ਹੋ ਗਏ? ਲੰਡੀ ਪੁੱਛੀ ਮੈਂ ਬਹਾਦਰ ਨੂੰ ਲੰਡੀ ਪੁੱਛੀ ਕਹਿਣਾ ਹੁਣ ਤੁਸੀਂ ਸਮਝ ਨਹੀਂ ਆ। ਆ ਬਾਪੂ ਚੱਲੀਏ।
ਮੈਂ ਕਿਹਾ ਮੰਨਦੀ ਐ ਸਾਡੀ ਬਹਾਦਰੀ ਨੂੰ ਹਾਂ ਹਾਂ ਮੰਨਦੀ ਆ ਆ ਜਲੀਏ ਫਿਰ ਚੱਲ ਆ ਜਲੀਏ ਮਾਂ ਓ ਮਾਂ ਤੂੰ ਸ਼ਹਿਰੋਂ ਜਾ ਕੇ ਨਵੀਆਂ ਚਾਦਰਾਂ ਕਿਉਂ ਨਹੀਂ ਲੈ ਆਂਦੀ ਸਾਰੀਆਂ ਚਾਦਰਾਂ ਬਿਸਤਰਿਆਂ ਦੀਆਂ ਫਟਣ ਵਾਲੀਆਂ ਹੋਈਆਂ ਪਈਆਂ ਲੈ ਆਵਾਂਗੀ ਧੀਏ ਕਿਤੋਂ ਪੈਸੇ ਤਾਂ ਤੂੰ ਸੁੱਚੇ ਤੋਂ ਕਿਉਂ ਨਹੀਂ ਜਾਂਦੀ ਉਹਨੂੰ ਕਹਿ ਤਾਂ ਸਹੀ ਇੱਕ ਵਾਰੀ ਕਿੰਨੀ ਵਾਰੀ ਤੇ ਜਾ ਚੁੱਕੀ ਆ ਟੁੱਟ ਪੈਣਾ ਸਿੱਧੇ ਮੂੰਹ ਗਲੀ ਨਹੀਂ ਕਰਦਾ ਜ਼ਮੀਨ ਲੈਣ ਵੇਲੇ ਕਿੰਨਾ ਭਲਾ ਮਾਨਸ ਬਣ ਕੇ ਆਇਆ ਸੀਗਾ ਤੂੰ ਐਤਕੀ ਉਹਨੂੰ ਠੋਕ ਕੇ ਕਹਿ ਦੇ ਸਾਡੇ ਪੈਸੇ ਦੇ ਦੇ ਨਹੀਂ ਤਾਂ ਅਸੀਂ ਥਾਣੇ ਜਾਵਾਂਗੇ ਥਾਣੇ ਥਾਣੇ ਤੇ ਪੰਚਾਇਤਾਂ ਵੀ ਵੱਡਿਆਂ ਦਾ ਪੱਖ ਪੂਰਦੇ ਨੇ ਮਾੜਿਆਂ ਨੂੰ ਕੌਣ ਪੁੱਛਦਾ ਹੈ ਮੁਫਤ ਦੀ ਜ਼ਮੀਨ ਖਾ ਕੇ ਵੱਡਾ ਵੱਡਾ ਸੇਠ ਬਣ ਬੈਠਾ ਹੈ ਅੱਲਾ ਦਰ ਸ਼ਰਬ ਪੀਲਾ ਆ ਬਈ ਮੈਂ ਸ਼ਰਾਬ ਕੋਨਿਆ ਪੀਉ ਸਰਦਾਰ ਜੀ ਸੋ ਸ੍ਰੀ ਅਕਾਲ ਆ ਸੰਤਿਆ ਕਿਵੇਂ ਆਇਆ ਸਰਦਾਰ ਜੀ ਕੁਝ ਪੈਸਿਆਂ ਦੀ ਲੋੜ ਸੀ ਔਰ ਕਿਹੜੇ ਪੈਸੇ ਹੋਏ ਦੋ ਦਿਨਾਂ ਦੀ ਕੁੜੀ ਬਿਮਾਰ ਹੈ ਜੀ ਸਰਦਾਰਾ ਸੁੱਟ ਦਾਣਾ ਤੇ ਪਟਾ ਲੈ ਕੁੜੀ ਪਟਾਕਾ ਹੈ ਪਟਾਕਾ ਸਰਦਾਰਾ ਲੈ ਉਹ ਸੰਤਿਆ ਪੈਸੇ ਤੇ ਜੇ ਹੋਰ ਲੋੜ ਹੋਵੇ ਤਾਂ ਲੈ ਜਮੀ ਮੇਰੇ ਕੋਲੋਂ ਜਿਉਂਦੇ ਰਹੋ ਜੀ ਕੱਲ ਸੁਣ ਕੁੜੀ ਹੋ ਗਈ ਆ ਤੇਰੀ ਜਵਾਨ ਹਾਂਜੀ ਕੋਈ ਕੰਮ ਸ਼ਮ ਕਰਾਉਣਾ ਹੋਵੇ ਤਾਂ ਮੇਰੇ ਕੋਲ ਭੇਜ ਦੀ ਬਹੁਤ ਅੱਛਾ ਜਾ ਬਗ ਜਾ ਧੰਨਵਾਦ ਜੀ ਸੋ ਸ੍ਰੀ ਅਕਾਲ ਜੀ ਮਾਂ ਜੀ ਤੁਸੀਂ ਇੱਥੇ ਤੁਸੀਂ ਮੇਰੇ ਕੋਲ ਸੁਨੇਹਾ ਕਰ ਦੇਣਾ ਸੀ ਮੈਂ ਤੁਹਾਡੇ ਕੋਲ ਆ ਜਾਂਦਾ ਸੁਨੇਹਾ ਤਾਂ ਇੱਕ ਪਾਸੇ ਰਿਹਾ ਤੂੰ ਮੇਰੇ ਇੱਥੇ ਆਈ ਦਾ ਕੰਮ ਕਰ ਦੇ ਮੈਨੂੰ ਮੇਰੇ ਪੈਸੇ ਦੇ ਦੇ ਮੈਨੂੰ ਪੈਸੇ ਦੀ ਸਖਤ ਲੋੜ ਹੈ ਉਹ ਮਾਂ ਜੀ ਪੈਸੇ ਤੇ ਮੈਂ ਤੁਹਾਡੇ ਘਰ ਪਹੁੰਚਾ ਦੇਣੇ ਸੀ ਮੇਰਾ ਅੱਜ ਕੱਲ ਥੋੜਾ ਜਿਹਾ ਹੱਥ ਬਹੁਤ ਤੰਗ ਤੇਰਾ ਹੱਥ ਤੇ ਹਮੇਸ਼ਾ ਹੀ ਤੰਗ ਰਹਿੰਦਾ ਹੈ ਕਦੇ ਮੇਰੇ ਹੱਥ ਪਾਰੇ ਵੀ ਸੋਚਿਆ ਜਿਹਦੀ ਤੂੰ ਜ਼ਮੀਰ ਬੰਦਾ ਕਈ ਸਾਲਾਂ ਤੋਂ ਨਾਲੇ ਨਾਲੇ ਇਹ ਜਿਹੜੇ 100-100 ਦੇ ਨੋਟ ਦਿੱਤੇ ਨੇ ਇਹ ਕਿੱਥੋਂ ਆਏ ਉਹ ਮਾਂ ਜੀ ਉਹ ਤੇ ਗਰੀਬ ਆਦਮੀ ਸਮਝ ਕੇ ਮੈਂ ਉਹਦੀ ਮਦਦ ਕੀਤੀ ਸੀ ਤੁਹਾਨੂੰ ਪਤਾ ਗਰੀਬਾਂ ਦੀ ਤਾਂ ਮੈਂ ਬਹੁਤ ਮਦਦ ਕਰਦਾ ਮਦਦ ਕੀਤੀ ਹੈ ਮਦਦ ਕੀਤੀ ਹੈ ਕਿਸੇ ਗਰੀਬ ਨੂੰ ਤੇ ਇਹਦਾ ਮੁੱਲ ਦਿੱਤਾ ਹੈ ਮੈਂ ਤੈਨੂੰ ਆਖਰੀ ਵਾਰ ਕਹਿ ਰਹੀ ਹਾਂ ਮੇਰੇ ਪੈਸੇ ਦੇ ਦੇ ਨਹੀਂ ਤਾਂ ਮੈਂ ਪੁਲਿਸ ਕੋਲ ਜਾਵਾਂਗੀ ਸਮਝਿਆ ਯਾਈ ਪਰਸ ਬੜਾ ਬੋਲਦੀ ਸੀ ਸਰਦਾਰਾ ਬੜਾ ਸੰਗ ਪਾੜ ਰਹੀ ਸੀ ਆਇਆ ਦੇ ਮੂੰਹ ਨੂੰ ਆਹੋ ਜੇ ਤੋਪੇ ਲਾਉਂਗਾ ਇਹਦੀ ਜ਼ੁਬਾਨ ਤੱਕ ਕੀ ਇਹਦੀ ਨਬਜ਼ ਚੱਲਣੀ ਬੰਦ ਹੋ ਜਾਣੀ ਇਹ ਬਹੁਤ ਮਾੜੀ ਬਾਤ ਹੈ ਭਾਈ ਤੂੰ ਬੁੜਿਆ ਕੇ ਪੈਸੇ ਕਿਉਂ ਨਹੀਂ ਦਿੱਤਾ ਆ ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਕੰਮ 'ਚ ਦਖਲ ਅੰਦਾਜ਼ੀ ਨਾ ਕਰਿਆ ਕਰ ਇਹ ਅੱਛੀ ਬਾਤ ਕੋਈ ਨਹੀਂ ਸੈ ਮੈਂ ਇਸਕੇ ਬਾਅਦ ਤੇਰੀ ਸ਼ਕਲ ਕੋਈ ਨਹੀਂ ਦੇਖੂ ਕਿਉਂ ਮਾਂ ਬਣਿਆ ਪੈਸੇ ਦਾ ਕੰਮ ਕਿ ਨਹੀਂ ਕੁਝ ਨਹੀਂ ਮਿਲਿਆ ਧੀਏ ਹਰ ਵੇਲੇ ਇਹੀ ਕਹੀ ਜਾਂਦਾ ਮੇਰਾ ਹੱਥ ਤੰਗ ਹੈ ਮੇਰਾ ਹੱਥ ਤੰਗ ਹੈ ਤੂੰ ਜ਼ਰਾ ਗੁੱਸੇ ਨਾਲ ਤਾਂ ਕਹਿਣਾ ਸੀ ਉਹਨੂੰ ਮੂੰਹ ਨਾਲ ਤਾਂ ਬਤੇਰਾ ਕਿਹਾ ਹੋ ਕੇ ਮੈਂ ਉਹਦੇ ਥੱਪੜ ਮਾਰਨਾ ਸੀ ਮਾਂ ਮੈਨੂੰ ਤਾਂ ਲੱਗਦਾ ਆਪਾਂ ਨੂੰ ਪੈਸੇ ਔਖੇ ਮਿਲਣਗੇ ਤੂੰ ਪੈਸਿਆਂ ਨੂੰ ਰੋ ਰਹੀ ਹੈ ਮੈਨੂੰ ਤਾਂ ਇੰਝ ਲੱਗਦਾ ਜਿਵੇਂ ਜਿਵੇਂ ਉਹ ਸਾਡੀ ਜ਼ਮੀਨ ਵੀ ਸਾਨੂੰ ਵਾਪਸ ਨਹੀਂ ਕਰੇਗਾ ਬੜਾ ਬੜਾ ਖਰਾਬ ਬੰਦਾ ਹੈ ਉਹ ਮਾਂ ਇਦਾਂ ਤਾਂ ਆਪਾਂ ਭੁੱਖੇ ਮਰ ਜਾਵਾਂਗੇ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਊਗਾ ਹਾਂ ਧੀਏ ਪਰ ਕੀ ਕਰੀਏ ਹੇ ਰੱਬਾ ਹੁਣ ਅਸੀਂ ਕੀ ਕਰੀਏ ਸਾਡੇ ਇਸ ਦੁਨੀਆ ਵਿੱਚ ਕੋਈ ਨਹੀਂ ਹੁਣ ਤੂੰ ਹੀ ਆਪਣਾ ਬੰਦਾ ਭੇਜ ਜਿਹੜਾ ਸਾਡੀ ਜ਼ਮੀਨ ਨਾ ਸਾਨੂੰ ਵਾਪਸ ਕਰਾ ਦੇਵੇ ਇਸ ਦੁਨੀਆ ਵਿੱਚ ਸਾਡਾ ਕੋਈ ਨਹੀਂ ਕੋਈ ਨਹੀਂ ਪੱਲੇ ਅੱਜ ਤਾਂ ਚੁੱਪ ਕੀਤੀ ਜਾਣੀ ਮੈਂ ਜਾੜਾਂ ਦੁਖਦੀਆਂ ਹੁੰਦੀਆਂ ਜਾੜਾ ਤੇ ਤੇਰੀਆਂ ਦੁਖਦੀਆਂ ਜਿਹੜਾ ਮੱਲੋ ਮਲੀ ਕਢਵਾਉਣ ਨੂੰ ਫਿਰਦਾ ਹੈ ਓਏ ਉਹਦੇ ਗੋਡੇ ਬਣਾ ਗਈ ਅੱਜ ਜਾੜਾਂ ਕੱਢਦੀ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਮਾੜੀ ਜੀ ਨਾ ਬਾਬਾ ਨਾ ਮੈਂ ਨਹੀਂ ਤੇਰੀ ਗੱਲ ਸੁਣਦੀ ਕਿਉਂ ਮੇਰੀ ਗੱਲ ਆ ਕਿ ਗੋਲੀ ਜਿਹੜੀ ਤੇਰੀ ਇੱਕ ਚ ਵੱਜੂ ਤੇਰੇ ਵਰਗੇ ਨਾਲ ਦੋ ਗੱਲਾਂ ਕਰ ਲਓ ਤੇ ਅਗਲਾ ਸਮਝਦਾ ਮੈਨੂੰ ਪਿਆਰ ਕਰਦੀ ਹੈ ਤੇ ਮੇਰੇ ਤੇ ਮਰਦੀ ਹੈ ਅੱਛਾ ਇਉਂ ਕਰਦੇ ਆ ਪਿਆਰ ਤੂੰ ਮੈਨੂੰ ਕਰ ਲਾ ਤੇ ਮਾਰ ਮੈਂ ਜਾਉਂ ਤੇਰੀ ਖਾਤਰ ਨਾ ਬਾਬਾ ਨਾ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਕੋਈ ਚੰਗੀ ਜਿਹੀ ਗੱਲ ਕਰੋ ਚੰਗੀ ਗੱਲ ਤਾਂ ਫਿਰ ਇਹੀ ਆ ਤੂੰ ਹੀਰੋ ਮੈਂ ਤੇ ਰਾਂਝਾ ਮੈਂ ਹੋਵਾਂ ਹਾਂ
ਕੀ ਗੱਲ ਆ ਬਾਈ ਗੁੱਸੇ ਕਿਉਂ ਬੈਠੇ ਹੋ ਓਏ ਇੱਥੇ ਕੋਈ ਭਤੀਜਾ ਦਾ ਵਿਆਹ ਰੱਖਿਆ ਹੋਇਆ ਜਿਹਦੇ ਭੰਗੜੇ ਪਾਈਏ ਢਿੱਲੇ ਬੈਠੇ ਹੋ ਕਹਿੰਦਾ ਔਰ ਰਾਜਸਥਾਨ ਵਾਲਾ ਨਿੱਕਾ ਫੜਿਆ ਗਿਆ ਯਾਰ ਨਿੱਕਾ ਫੜਿਆ ਗਿਆ ਕੌਣ ਕਹਿੰਦਾ ਤੁਹਾਨੂੰ ਉਹ ਮੈਂ ਸੁਣ ਕੇ ਆ ਚੱਕ ਵਾਲੇ ਡਰਾਈਵਰਾਂ ਤੋਂ ਬਾਈ ਚੱਕ ਵਾਲੇ ਡਰਾਈਵਰ ਝੂਠ ਨਹੀਂ ਬੋਲਦੇ ਹਮੇਸ਼ਾ ਸੱਚ ਕਹਿੰਦੇ ਆ ਮੈਨੂੰ ਲੱਗਦਾ ਹੈ ਆਪਣੇ ਨਿੱਕੇ ਹੁਣ ਤਾਂ ਪੁਲਿਸ ਕੋਟ ਕੋਟ ਕੇ ਬਣਾ ਦੂਗੀ ਪਤੀਸਾ ਪਰ ਹੁਣ ਫਿਰ ਕਰਾਂਗਾ ਕੀ ਹੁਣ ਕਰਨਾ ਕੀ ਸੀ ਹੁਣ ਟਾਂਗੇ ਲੈ ਲੋ ਤੇ ਇੱਥੋਂ ਜਾਇਆ ਕਰੋ ਮੁੱਲਾਪੁਰ ਫਿਰ ਮੁੱਲਾਪੁਰ ਤੋਂ ਲੁਧਿਆਣੇ ਤੇ ਲੁਧਿਆਣੇ ਤੋਂ ਗਾਂਹ ਦੁਰਾਏ 2 ਰੁਪਿਆ ਸਵਾਰੀ ਤੇ ਚਾਹੇ ਪਤਲੀ ਚਾਹੇ ਭਾਰੀ ਆ ਚੁੱਪ ਓਏ ਇਹਨੂੰ ਸਾਲੇ ਨੂੰ ਮਜ਼ਾਕ ਸੋਚਦਾ ਮੈਨੂੰ ਫਿਕਰ ਲੱਗਿਆ ਪਿਆ ਮਾਲ ਕੌਣ ਲਿਆਊਗਾ ਬਾਈ ਮਾਲ ਮੈਂ ਦੇਊਂਗਾ ਨਾਜਰ ਦੇ ਹੁੰਦਿਆਂ ਮਾਲ ਦੀ ਕੀ ਥੋੜਾ ਆ ਗਿਆ ਰੱਬ ਦਾ ਬੰਦਾ ਮਾਲ ਦੇਣ ਵਾਸਤੇ ਇਹਦੇ ਨਾਲ ਕੰਨ ਖੜੇ ਹੋਣਗੇ ਬਾਈ ਤੁਸੀਂ ਮੇਰੇ ਨਾਲ ਰਲ ਕੇ ਸਾਂਝਾ ਕੰਮ ਕਿਉਂ ਨਹੀਂ ਕਰ ਲੈਂਦੇ ਨਹੀਂ ਆਏ ਤੇਰੇ ਨਾਲ ਕੋਈ ਸਾਂਝ ਨਹੀਂ ਬਾਈ ਦੇਖੋ ਮੇਰੀ ਰੋਜੀ ਰੋਟੀ ਦਾ ਸਵਾਲ ਆ ਮੇਰੀ ਰੋਜੀ ਰੋਟੀ ਚੱਲਦੀ ਰਹੂਗੀ ਤੁਹਾਡਾ ਕੰਮ ਚੱਲਦਾ ਰਹੂਗਾ ਗੁੱਸਾ ਥੁੱਕ ਦੋ ਬਾਈ ਚੱਲ ਠੀਕ ਆ ਯਗਿਆ ਰਲਾ ਲੈਨੇ ਬੱਚੇ ਨੂੰ ਯਾਰ ਰੱਖ ਲੋ ਉਹ ਬਾਈ ਉਹ ਕਰੇ ਆਏ ਮਾਲ ਦੇ ਠੋਕਰ ਨਾ ਮਾਰ ਆਪਣਾ ਮਾਲ ਲਿਆਉਣ ਵਾਲਾ ਬੰਦਾ ਦਾ ਪੁਲਿਸ ਬੜੀ ਬੈਠੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਕਿਹੜੇ ਪਾਸੇ ਕੁੱਟੀ ਜਾਂਦੀ ਹੈ ਤੇ ਜੇ ਮਾਲ ਨਾ ਆਇਆ ਮੇਰੇ ਤਾਂ ਪੁਰਜੇ ਢਿੱਲੇ ਹੋ ਜਾਣਗੇ ਨਾਲੇ ਬਾਈ ਮਾਲ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ ਏ ਉਹ ਖੈਰ ਬਾਕੀ ਤੇਰੀ ਮਰਜ਼ੀ ਹੈ ਪਰ ਮਾਲ ਆਉਣਾ ਜ਼ਰੂਰੀ ਹੈ ਬਾਈ ਠੀਕ ਹੈ ਅੱਜ ਤੋਂ ਬਾਅਦ ਮਾਲ ਲਿਆਉਣਾ ਸ਼ੁਰੂ ਕਰ ਦੇ ਓਏ ਸਾਲਿਓ ਕਿਉਂ ਮੇਰੇ ਹੱਡ ਪੈਰ ਤੋੜੀ ਜਾਂਦੇ ਹੋ ਲੈ ਅਸੀਂ ਮੰਡੀ ਜਾਂਦੇ ਆ ਇਹ ਹੱਡ ਪੈਰ ਤੋੜਦੇ ਹੀ ਦੱਸਦੇ ਨੇ ਉਹ ਤਾਂ ਮੈਂ ਹੱਸਦਾ ਮੈਂ ਤਾਂ ਸੋਨੂੰ ਇਹ ਦੱਸਣ ਲੱਗਿਆ ਸੀ ਹੁਣ ਆਪਾਂ ਨੂੰ ਵਧੀਆ ਮਾਲ ਮਿਲਿਆ ਕਰੂਗਾ ਮਾਲ ਓਏ ਮਾਲ ਹੀ ਸਾਲਿਓ ਮੇਰਾ ਮਤਲਬ ਹੈ ਹੁਣ ਨਾਜਰ ਆਪਣੀ ਪਾਰਟੀ ਦੇ ਨਾਲ ਮਿਲ ਗਿਆ ਉਹ ਫੀਮ ਵਧੀਆ ਲਿਆਉਂਦਾ ਹੈ ਇਹ ਵਧੀਆ ਫੀਮ ਖਾਓ ਤੇ ਖੁਸ਼ੀ ਦੇ ਗਾਣੇ ਗਾਓ ਮੈਂ ਤਰਾਣਾ ਹੱਸਣਾ ਕਿਰਿਆ ਓਏ ਬੇਬੇ ਤੇਰੀ ਸਾਡੇ ਬਾਪੂ ਨੇ ਰਾਹ ਵਿੱਚ ਕਹੀ ਓਏ ਸਾਰਿਆ ਚੁੱਪ ਕਰ ਜੇ ਤੇਰੇ ਬਾਪੂ ਦਾ ਇੰਨਾ ਹੀ ਤੰਤ ਹੁੰਦਾ ਤਾਂ ਤੇਰੀ ਬੇਬੇ ਜਾ ਕੇ ਪੇਕੀ ਕੋ ਪੈਂਦੀ ਇੱਥੇ ਆ ਜਾਂਦੀ ਹਾਂ ਗਾਣਾ ਮੈਂ ਸੁਣਾ ਰਿਹਾ ਹਾਂ ਮੈਂ ਕਿਹਾ ਰਾਇਲ ਐਨਫੀਲਡ ਦੀ ਗੱਡੀ ਹੋਵੇ 100 ਮੀਲ ਤੇ ਛੱਡੀ ਹੋਵੇ ਰਾਇਲ ਐਨਫੀਲਡ ਦੀ ਗੱਡੀ ਹੋਵੇ 100 ਮੀਲ ਤੇ ਛੱਡੀ ਹੋਵੇ ਫੀਮ ਨੂੰ ਦੰਦੀ ਵੱਡੀ ਹੋਵੇ ਨਾਲ ਬੈਠੀ ਇੱਕ ਨੱਡੀ ਹੋਵੇ ਬਾਈ ਗੱਲ ਸੁਣ ਕੇ ਰਿਹਾ ਹਾਂ ਭਲਾ ਜੇ ਮੋਟਰਸਾਈਕਲ ਰਾਹ 'ਚ ਖਰਾਬ ਹੋ ਜਾਵੇ ਫੇਰ ਉਹ ਦੁਲਫੜੇ ਮੂੰਹ ਕੜਮਿਆ ਤੂੰ ਹਮੇਸ਼ਾ ਕੰਮੇ ਧੜਮ ਪਾ ਦਿੰਦਾ ਮੈਂ ਦੱਸਾਂ ਪਤਾ ਨਹੀਂ ਕੀ ਗੱਲ ਆ ਸਾਲੀ ਸਟਾਰਟ ਹੀ ਨਹੀਂ ਹੁੰਦੀ ਨਾ ਹੀ ਕੋਈ ਦਿੰਦਾ ਇੱਥੇ ਕਿੱਦਾਂ ਕੀ ਹਾਲ ਆ ਠੀਕ ਆ ਕੀ ਗੱਲ ਇੱਥੇ ਖੜਾ ਕਿਹਾ ਪਤਾ ਨਹੀਂ ਕੀ ਅੱਗ ਲੱਗੀ ਸਟਾਰਟ ਹੀ ਨਹੀਂ ਹੁੰਦੀ ਸਾਲੀ ਚੱਲ ਬੈਠ ਮੈਂ ਸਟਾਰਟ ਕਰਨਾ ਚੱਲ ਅੱਛਾ ਮਾਰਦਾ ਸਰਵ ਕਰਾਂ ਮਾਰ ਮਾਰਾਂ ਫੇਰ ਮਾਰ ਲੈ ਬਾਈ ਹੋ ਗਈ ਸਟਾਰਟ ਲੈ ਬੇ ਬਾਈ ਇਹ ਤਾਂ ਹੋ ਗਈ ਠੀਕ ਪਰ ਇੱਕ ਗੱਲ ਆ ਜਦੋਂ ਮਸ਼ੀਨੀ ਖਰਾਬ ਹੁੰਦੀ ਹੈ ਤਾਂ ਬੰਦਾ ਠੀਕ ਕਰ ਲੈਂਦਾ ਹੈ ਜਦੋਂ ਬੰਦੇ ਦਾ ਦਿਮਾਗ ਖਰਾਬ ਹੁੰਦਾ ਹੈ ਫੇਰ ਬਾਈ ਕੋਈ ਤੇਰੇ ਵਰਗਾ ਰੱਬ ਦਾ ਬੰਦਾ ਉਹਨੂੰ ਵੀ ਠੀਕ ਕਰ ਦਿੰਦਾ ਬਾਈ ਬੰਦਾ ਤਾਂ ਮੈਨੂੰ ਚੰਗਾ ਲੱਗਦਾ ਹੈ ਪਰ ਜੱਗੇ ਹੋਣਾਂ ਦੀ ਪਾਰਟੀ 'ਚ ਕਿਵੇਂ ਰਲ ਗਿਆ ਛੱਡ ਉਹਨਾਂ ਦੀ ਪਾਰਟੀ ਕੋਈ ਚੰਗੇ ਕੰਮ ਕਰ ਇਹਨਾਂ ਦੀ ਪਾਰਟੀ ਨਾਲ ਰਲ ਜ਼ਰੂਰ ਗਿਆ ਬਾਈ ਪਰ ਮੈਂ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਸਗੋਂ ਸਭ ਦੀ ਮਦਦ ਕੀਤੀ ਹੈ ਇਹ ਤਾਂ ਚੰਗੀ ਗੱਲ ਆ ਤੇਰਾ ਨਾਂ ਸ਼ੇਰਾ ਤਾਂ ਨਹੀਂ ਕਿਤੇ ਹਾਂ ਸ਼ੇਰਾ ਹੀ ਆ ਯਾਰ ਤੇਰਾ ਨਾਂ ਕੀ ਆ ਮੇਰਾ ਨਾਂ ਜੀਤ ਆ ਆ ਨਾਲ ਵਾਲਾ ਪਿੰਡ ਨਾ ਤਲਵੰਡੀ ਅੱਛਾ ਉੱਥੇ ਰਹਿਣਾ ਮੈਂ ਅੱਛਾ ਅੱਛਾ ਚੰਗਾ ਹੁਣ ਮੈਂ ਚੱਲਦਾ ਆ ਬੈਨੇ ਮਿੰਟ ਯਾਰ ਉਹ ਨਹੀਂ ਮੇਰਾ ਕੋਈ ਇੰਤਜ਼ਾਰ ਕਰ ਰਿਹਾ ਠੀਕ ਆ ਅੱਛਾ ਅੱਛਾ ਗੱਲ
मैनू बुला के मुंह क्यों फेर लिया? जीत, मैं तेरे नाल एक जरूरी गल करनी है। मैनू पता है इस उम्र कुड़ियां कड़ी जरूरी गल कर दिया ने। मैं तो घरों पक्का मन बना के ब्याह दी गल करन लई। नहीं जीत, मेरे दिल ते एक बोझ है, पर सोचती हां किते सुन के तू मेरे नाल नफरत ना करन लग जावी। ओए नफरत, मैं तेरे नाल एक नहीं हो सकता है। पर मैनू गल दस की आ, मेरा तो दिल बैठी जाता है। जीत, मेरा भरा एक स्मगलर है, वो फीम बेचता है। एहो जी खानदान की कुड़ी ले तेरे दिल विच कोई जगह है? तेरा भरा की करता है की नहीं करता मैनू जानने की कोई लोड़ नहीं। मैं तो तेरे नाल प्यार किया है तो हमेशा करता रहूंगा। सच्ची जीत, तू कितना चंगा है। मैं तो इस गल लई कितना डर रही सी। ये तू की कहनी? ओए असी तो कदी कोड़ी खेड़ किसी की बांह नहीं छड़ी, ते तेरी बांह किदा छड़ दिया। बीकानेर दे टिब्बियां ते मी पै भी जांदा कर, ऐ क्यों करदी हुंदी है? ਇਹ ਗੱਲ ਸੁਣ, ਤੂੰ ਮੇਰੇ ਪਿਆਰ ਵੀ ਕਰਦੇ ਕਿ ਝੂਠੀ ਮਾਰੀ ਜਾਂਦਾ? ਕਮਾਲ ਦੀ ਗੱਲ ਹੈ, ਉਹ ਤੈਨੂੰ ਇੰਨਾ ਤਵਾਰ ਵੀ ਨਹੀਂਗਾ। ਤੂੰ ਆਪਦੇ ਘਰ ਦੇ ਭਾਂਡੇ ਤੋਂ ਪੁੱਛ ਉਹ ਕਿਵੇਂ ਗੱਲਾਂ ਕਰਦੇ ਆ, ਵੀ ਜੀ ਤੈਨੂੰ ਕਿਹੜੇ ਵਰਗਾ ਬੰਦਾ ਨਹੀਂ ਮਿਲਣਾ। ਮੈਂ ਤਾਂ ਤੇਰੇ ਵਾਸਤੇ ਅਸਮਾਨ ਤੋਂ ਤਾਰੇ ਤੋੜ ਲਿਆ ਵਾਂ, ਪਰ ਹੁਣ ਤਾਂ ਦਿਨ ਹੈ, ਤੂੰ ਰਾਤ ਦੀ ਗੱਲ ਕਰ, ਹੁਣ ਜਿਹੜੀ ਚੀਜ਼ ਮੰਗੇਗੀ ਮੈਂ ਉਹ ਲੈ ਦੂੰਗਾ। ਇਹ ਗੱਲ ਸੁਣ, ਮੈਨੂੰ ਇੱਕ ਗੰਨੇ 'ਚ ਪਾ ਦੇ। ਓਏ ਗੰਨਾ ਨਹੀਂ ਗੰਨੇ ਕਾ, ਤੈਨੂੰ ਮੈਂ ਕਹੇ ਤਾਂ ਪੰਡ ਲੈ ਜਾ, ਚੱਲ ਤੂੰ ਮੇਰੇ ਨਾਲ ਹੀ ਚੱਲ ਆਪੇ। ਨਹੀਂ ਮੈਂ ਨਹੀਂ ਜਾਣਾ, ਤੂੰ ਆਪ ਹੀ ਲੈ ਆ। ਫੇਰ ਤੂੰ ਇੱਥੇ ਖੜੀ ਰਹੀਂ, ਕਿਤੇ ਐ ਨਾ ਹੋਵੇ ਆਸੇ ਪਾਸੇ ਹੋ ਜੇ ਤੇ ਮੇਰੇ ਆਉਂਦੇ ਨੂੰ ਗੰਨੇ ਕੋਈ ਹੋਰ ਹੀ 'ਚ ਪਾਈ ਜਾਵੇ। ਚੱਲ ਨੇ ਪਟਿਆ ਪਟਵਾਰੀ ਤੇ ਗੰਨਿਆਂ ਨੇ ਤੂੰ ਪਟਤੀ ਜੀਤੋ ਜੀਤੋ। ਉਹ ਦੇਖੀ ਕਿਤੇ ਚੱਟ ਵੀ ਨਾ ਆ ਜੇ ਕਿਤੇ, ਇਹ ਕੁੱਟਣ ਕੱਟਣ ਲੱਗੇ ਫਿਰ ਸਿੱਧਾ ਪੁੱਠਾ ਵੀ ਨਹੀਂ ਦੇਖਦੇ, ਮਾਰੀ ਤੁਰੇ ਜਾਂਦੇ ਆ। ਪਰ ਕੋਈ ਗੱਲ ਨਹੀਂ, ਪਰ ਮਸ਼ੂਕ ਨੇ ਗੰਨੇ ਹੀ ਮੰਗੇ ਹੈ, ਕੋਈ ਪੱਟ ਦਾ ਮਾਸਤਾ ਨਹੀਂ ਮੰਗਿਆ। ਉਹ ਰਾਂਝਾ ਮੱਝਾਂ ਚਲਾਉਂਦਾ ਰਿਹਾ ਸੀ, ਜੇ ਮੈਂ ਚਾਰ ਗੰਨੇ ਪੱਟ ਕੇ ਦੋ ਛਿੱਤਰ ਖਾ ਲੂੰਗਾ ਤਾਂ ਮੇਰਾ ਕੀ ਵਿਗੜ ਜੂਗਾ? ਇਹ 'ਚ ਹੈ ਵੀ ਕੀ ਯਾਰ ਪੱਟੀਏ। ਮੈਂ ਚਾਰ ਗੰਨੇ ਮਸਾ ਪੱਟੇ ਆ, ਤੂੰ ਆਪਦੇ ਆਪੇ ਪੱਟ ਕਮਾਲ ਕਰੀ ਜਾਂਦਾ ਯਾਰ। ਓਏ ਗੰਨੇ ਛੱਡ ਤੂੰ, ਉਹ ਖੇਤ ਤੇਰਾ ਜਿਹਨੇ ਮਰਜ਼ੀ ਪੱਟ ਲੈ। ਉਹ ਖੇਤ ਛੋਟਿਆ ਜੀ, ਉਹ ਮਾਫ ਕਰਨਾ ਜੀ, ਉਹ ਮੈਨੂੰ ਤਾਂ ਪਤਾ ਨਹੀਂ ਲੱਗਿਆ ਜੀ, ਸਰਦਾਰ ਜੀ ਖੇਤ ਛੋਟਿਆ ਜੀ। ਹਾਂਜੀ ਬੈਠ ਕੇ ਕੀ ਕੱਢਾਂ? ਮਸ਼ੂਕ ਵਾਸਤੇ ਪੱਟੇ ਤੇ ਪਹਿਲਾਂ ਤੁਸੀਂ ਹਿੱਸਾ ਮੰਗ ਲੈਂਦੇ, ਮੈਂ ਤਾਂ ਨੀ ਦੱਸਿਆ ਜੀ। ਆ ਕੇ ਲੰਘ ਜੀ ਮਾਰਦਾ ਤੁਰੇ ਆਉਣਾ। ਉਹ ਮੈਂ ਕਿਹਾ ਬੈਠਕਾ ਕੱਢ ਕੇ ਆ, ਗੰਨੇ ਪੱਟਣੇ ਕਿਹੜਾ ਸੌਖੇ ਪਏ ਆ। ਅੱਛਾ, ਉੱਥੇ ਗਾ ਜੱਟ ਆ ਗਿਆ, ਉਹ ਬੋਲਣ ਲੱਗਿਆ ਆਵਾਜ਼ ਆਵਾ, ਜਦੋਂ ਮੈਂ ਬੈਠਕਾ ਕੱਢਣ ਲੱਗਿਆ ਤੇ 10ਵੀਂ ਬੈਠਕ ਕੱਢੀ, ਜੱਟ ਫਿਰ ਐ ਭੱਜ ਗਿਆ ਖੁੰਡਾ ਛੱਡ ਕੇ ਜਿਵੇਂ ਖੇਤ ਚੋਂ ਗਿੱਦੜ ਭੱਜਦਾ ਹੁੰਦਾ। ਅੱਛਾ ਫੇਰ ਜੋ ਕਾਇਮ ਆ ਕਾਇਮ ਹੈ ਜੀ, ਮੈਨੂੰ ਲੱਗਦਾ ਬੈਠਕਾ ਫਿਰ ਕੱਢਣੀਆਂ ਪੈਣ ਗਈਆਂ। ਗਿਆ ਹਾਲਾ ਗੰਨੇ ਚੂਪ ਤੂੰ, ਉਹ ਮੈਂ ਕਿਹਾ ਗੰਨੇ ਆਪੇ ਚੂਪੇ ਜਾਣਗੇ। ਓਹੋ, ਉਹ ਗੰਨੇ ਤੈਨੂੰ ਆਪੇ ਚਪਾ ਦੂੰਗਾ, ਤੂੰ ਕੀ ਕਰਦੀ ਫਿਰਦੀ ਹੈ? ਗੱਲ ਨਹੀਂ ਬਾਤ ਨਹੀਂ ਕਰਦਾ। ਆ ਲੈ ਬਾਈ ਮਾਲ, ਦੇਖ ਕੇ ਰੂਹ ਨਾ ਖੁਸ਼ ਹੋਊਗੀ ਤਾਂ। ਅਡਾ ਖੈਰ ਜੱਪਾ ਕਰਵਾ ਤੇ, ਕਿਵੇਂ ਕੁੱਤਿਆਂ ਵਾਂਗੂ ਲੱਗ ਗਏ। ਕਿਉਂ ਬਾਈ, ਐ ਨਾ ਤੋੜਦਾ, ਵਾਕਈ ਇੱਕ ਨੰਬਰ ਮਾਲ ਹੈ। ਦੇ ਦੋ ਜੀ ਭੋਰਾ। ਖੈਰ ਜੋ, ਸੁਣ ਮੈਂ ਫੇਰ ਦੇਊਂਗਾ ਇਹਨਾਂ ਨੂੰ, ਇੱਕ ਇੱਕ ਮਾਵਾ ਦੇ ਦੇ। ਦੇ ਦੂੰਗਾ ਜੀ, ਦੇ ਦੂੰਗਾ। ਇਹਨੇ ਹਲੀ ਨਹੀਂ ਪਾਲੇ, ਕਦੋਂ ਦੇਣਾ? ਓਏ ਗੱਲ ਸੁਣ, ਜੇਰਾ ਕਿੱਥੇ ਜਾਂਦਾ ਅੱਜਕੱਲ? ਭਾਈ ਪਤਾ ਨਹੀਂ ਉਹਦਾ ਕੁਝ, ਪਤਾ ਨਹੀਂ ਕਿੱਥੇ ਰਹਿੰਦਾ ਅੱਜਕੱਲ। ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਜੀ, ਜਦੋਂ ਆਉਂਦਾ ਕਹਿ ਦਿੰਦਾ ਮੈਨੂੰ ਕੰਮ ਹੈ ਮੈਂ ਜਾਣਾ। ਮੈਨੂੰ ਐ ਨਹੀਂ ਪਤਾ ਵੀ ਮੁੰਡਿਆਂ ਨਾਲ ਫਿਰਦਾ ਕਿ ਕੁੜੀਆਂ ਨਾਲ ਫਿਰਦਾ। ਮੈਂ ਕਿਹਾ ਦੱਸਿਆ ਨੀ ਕੀ ਕੰਮ ਸੀ ਤੈਨੂੰ? ਦੱਸਾਂ? ਹਾਂ ਹਾਂ ਦੱਸ। ਮੇਰਾ ਜੀ ਨਾ ਧੱਕ ਧੱਕ ਕਰੀ ਜਾਂਦਾ, ਪਤਾ ਨੀ ਕਿਉਂ। ਮੈਨੂੰ ਲੱਗਦਾ ਇਹ ਚ ਪਿਆਰ ਦਾ ਜਨੌਰ ਵੜ ਗਿਆ। ਜਦੋਂ ਨਾ ਤੂੰ ਮੈਨੂੰ ਮਿਲਿਆ ਨਾ, ਮੇਰਾ ਜੀ ਕਰਦਾ ਮੈਂ ਅਸਮਾਨ ਵਿੱਚ ਉਡਾਰੀਆਂ ਮਾਰਾਂ ਤੇ ਪਤੰਗ ਵਾਂਗੂ ਉੱਡਦੀ ਫਿਰਾਂ। ਅੱਛਾ, ਮਾਰਾਂ ਫਿਰ ਤੁਣਕਾ।
ਨੀ ਕਿੱਥੋਂ ਆਈ ਕੋਲੇ ਕੱਚ ਦੀ ਕਦੀ ਘਰ ਵੀ ਬਹਿ ਜਾਇਆ ਕਰ ਨੀ ਐਵੇਂ ਨਾ ਭੌਂਕੀ ਜਾ ਕਦੇ ਚੁੱਪ ਕਰਕੇ ਵੀ ਬਹਿ ਜਾਇਆ ਕਰ ਭੌਂਕਾ ਨਾ ਤਾਂ ਕੀ ਕਰਾਂ 2 ਘੰਟੇ ਹੋ ਗਏ ਮੈਨੂੰ ਉਡੀਕਦੇ ਨੂੰ ਓਹੋ ਬਾਬਾ ਇੱਕ ਜ਼ਰੂਰੀ ਕੰਮ ਗਈ ਸੀ ਜ਼ਰੂਰੀ ਕੰਮ ਉਰੇ ਆ ਤਾਂ ਵੇਖਾ ਅੱਖਾਂ ਸ਼ਰਮ ਕੱਲਾ ਤੇ ਲਾਲੀ ਲੱਗਦਾ ਹੈ ਤੇਰਾ ਵੀ ਬੇਚਾ ਪੈ ਗਿਆ ਲੱਗਦਾ ਤਾਂ ਮੈਨੂੰ ਵੀ ਐਵੇਂ ਹੀ ਹੈ ਮੈਂ ਹੁਣੇ ਮਾਸੀ ਨੂੰ ਦੱਸਦੀ ਆ ਮਾਸੀ ਨਹੀਂ ਆਣੀ ਆ ਚਾਹ ਬਣਾ ਕੇ ਤੇ ਲੈ ਕੇ ਆਣੀ ਸੀ ਐ ਲੈ ਚਾਹ ਨਹੀਂ ਕੁੜੀਏ ਤੂੰ ਵੀ ਲੈ ਲੈ ਚਾਹ ਮਾਸੀ ਤੂੰ ਹੁਣੇ ਦਾ ਵਿਆਹ ਕਰ ਦੇ ਦੇਖ ਕਿਵੇਂ ਕੋਠੀ ਜਿਹੜੀ ਹੋਈ ਫਿਰਦੀ ਏ ਨਹੀਂ ਤੂੰ ਕਿਹੜੇ ਦੋ ਦੋ ਜੰਮੇ ਨੇ ਇਹਦੇ ਵਰਗੀ ਤਾਂ ਤੂੰ ਵੀ ਤੁਰੀ ਫਿਰਦੀ ਏ ਫੇਰ ਦਾਦੇ ਮੰਗਾਣੇ ਮੁੰਡੇ ਕਿਹੜੇ ਮਿਲਦੇ ਨੇ ਪਿੰਡੇ ਦਾਦਾ ਤੂੰ ਫਿਕਰ ਨਾ ਕਰ ਪਿੰਡਾ ਤਾਂ ਮੈਂ ਆਪੇ ਲੱਭ ਦੂੰਗੀ ਫੇਰ ਤਾਂ ਠੀਕ ਹੈ ਸਰ ਤੋਂ ਬੋਝ ਉਤਰੇ ਤੇ ਚੰਗਾ ਜਾਣੀ ਆ ਸੁੱਚੇ ਕੋਲ ਪੈਸੇ ਲੈਣ ਲਈ ਆਓ ਮਾਂ ਜੀ ਆਓ ਕਿਵੇਂ ਆਣਾ ਹੋਇਆ ਅੱਜ ਹਾਲੇ ਤੱਕ ਤੂੰ ਮੈਨੂੰ ਮੇਰੇ ਪੈਸੇ ਨਹੀਂ ਦਿੱਤੇ ਤੈਨੂੰ ਪਹਿਲਾਂ ਵੀ ਕਈ ਵਾਰ ਪੈਸੇ ਲਈ ਕਹਿ ਚੁੱਕੀ ਆ ਓਏ ਪੈਸਾ 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 ਦੱਸ ਤੈਨੂੰ ਚਾਹੀਦਾ ਕੀ ਹੈ ਬਾਜ਼ਾਰੋਂ ਲਿਆ ਦੇਣਾ ਮੈਂ ਤੈਨੂੰ ਤੂੰ ਚੀਜ਼ਾਂ ਦਿਲਾਨ ਵਾਲਾ ਕੌਣ ਹੁੰਦਾ ਹੈ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਪੈਸੇ ਦੀ ਸਖਤ ਲੋੜ ਹੈ ਓਏ ਕੁੜੀ ਦਾ ਵਿਆਹ ਹੀ ਕਰਨਾ ਹੈ ਨਾ ਤਾਂ ਮੇਰੇ ਨਾਲ ਕਰ ਦੇ ਮੇਤੋਂ ਚੰਗਾ ਮੁੰਡਾ ਨਹੀਂ ਉਹ ਤੈਨੂੰ ਥਿਉਣਾ ਨਾਲੇ ਰੱਬ ਦੀ ਸੌ ਮੈਂ ਤੇਰਾ ਇੱਕ ਪੈਸਾ ਨਹੀਂ ਖਰਚਾਉਣ ਦਿੰਦਾ ਬਕਵਾਸ ਬੰਦ ਕਰ ਮੇਰੇ ਟੁਕੜਿਆਂ ਤੇ ਪਲ ਕੇ ਮੈਨੂੰ ਹੀ ਭੌਂਕਣ ਲੱਗਿਆ ਲੈ ਦੱਸ ਓਏ ਮੈਂ ਤਾਂ ਤੇਰੇ ਪਲੇ ਦੀ ਗੱਲ ਕੀਤੀ ਸੀ ਬੁੜੀਏ ਓਏ ਕਿਸੇ ਨਾ ਕਿਸੇ ਦੇ ਲੜ ਤਾਂ ਲਾਵੇਂਗੀ ਕਿ ਘਰੇ ਬਿਠਾ ਕੇ ਰੱਖਣੀ ਹੈ ਕੁੜੀ ਤੂੰ ਆਪਣੀ ਆਪਣੀ ਔਕਾਤ ਵੇਖ ਕੇ ਗੱਲ ਕਰ ਓਏ ਖਬਰਦਾਰ ਦੇ ਅੱਜ ਦੇ ਬਾਅਦ ਮੇਰੀ ਜ਼ਮੀਨ ਵਿੱਚ ਆਪਣਾ ਪੈਰ ਵੀ ਰੱਖਿਆ ਤੂੰ ਓਏ ਕਿਹੜੀ ਜ਼ਮੀਨ ਰਜਿਸਟਰੀ ਮੇਰੇ ਨਾਂ ਗੁਰਦਾਵਰੀ ਮੇਰੇ ਨਾਂ ਬੁੜੀਏ ਕਿਹੜੀ ਜ਼ਮੀਨ ਦੀ ਗੱਲ ਪਈ ਕਰਦੀ ਹੈ ਜਿਹੜੇ ਸੂਰ ਮੈਨੂੰ ਸੱਦਣਾ ਹੀ ਸੱਦ ਲਈ ਜਿਹੜੀ ਕਚਹਿਰੀ ਲਾਉਣੀ ਹੈ ਲਾ ਲਈ ਜਿਹੜੇ ਥਾਣੇ ਜਾਣਾ ਜਾਵੜੀ ਬੁੜੀਏ ਤੇ ਜਦੋਂ ਥੱਕ ਮਰ ਜਾਵੇਗੀ ਨਾ ਆਪਣੀ ਕੁੜੀ ਦਾ ਰਿਸ਼ਤਾ ਜੱਟ ਦੇ ਦਰ ਤੇ ਲੈ ਆਓ ਜੱਟ ਆ ਜਾ ਇੱਥੇ ਜਦੋਂ ਕਿਸੇ ਹੋਰ ਦਾ ਸੁਹਾਗ ਲੈਣਾ ਹੋਵੇ ਤਾਂ ਉਹਨੂੰ ਇੱਕ ਪੁੱਤ ਜ਼ਰੂਰ ਦੇ ਦੇਵੀ ਨਹੀਂ ਤਾਂ ਨਹੀਂ ਦੇ ਸਕਦਾ ਲੈ ਬਈ ਪੈਣ ਦਿਆ ਵੀਰਾ ਜ਼ਮੀਨ ਤਾਂ ਤਗੜੀ ਹੱਥ ਲੱਗੀ ਨਹੀਂ ਇਹ ਜ਼ਮੀਨ ਤੇ ਉਹਨੂੰ ਵਾਪਸ ਕਰਨੀ ਪੈਣੀ ਆ ਵਾਪਸੀ ਵਾਲੀ ਕਿਹੜੀ ਗੱਲ ਆ ਓਏ ਥੋੜਾ ਬਹੁਤਾ ਮਾਮਲਾ ਦੇ ਛੱਡਾਂਗੇ ਫੇਰ ਜ਼ਮੀਨ ਆਪਣੀ ਨਹੀਂ ਇਹ ਗਲਤ ਗੱਲ ਏ ਜੱਗਿਆ ਮੈਂ ਉਸ ਨੂੰ ਮਾਂ ਕਹਿ ਮਾਂ ਤੇ ਕੋਈ ਪੁੱਤ ਆਪਣੀ ਮਾਂ ਨਾਲ ਧੋਖਾ ਨਹੀਂ ਕਰ ਸਕਦਾ ਓਏ ਉਹ ਕਿਹੜਾ ਤੇਰੀ ਸੱਕੀ ਮਾਂ ਹੈ ਜ਼ਮੀਨ ਖਾਤਰ ਤਾਂ ਲੋਕ ਭਰਾ ਭਰਾ ਦਾ ਗਾਟਾ ਲਾ ਦਿੰਦੇ ਤੇ ਤੂੰ ਹੱਥ ਆਈ ਜ਼ਮੀਨ ਛੱਡਣ ਚੱਲਿਆ ਹੈ ਸੋਚ 20 ਲੱਖ ਦੀ ਜ਼ਮੀਨ ਹੈ 20 ਲੱਖ ਦੀ 20 ਲੱਖ ਦੀ ਹੋਵੇ ਜਾਂ 50 ਲੱਖ ਦੀ ਹੋਵੇ ਕਿਸੇ ਦਾ ਹੱਕ ਦੱਬਣਾ ਮੈਂ ਨਹੀਂ ਜਾਣਦਾ ਪਰ ਅਸੀਂ ਆਪਣੇ ਕੋਲ ਜ਼ਮੀਨ ਰੱਖਣ ਦਾ ਫੈਸਲਾ ਕਰ ਚੁੱਕੇ ਹਾਂ ਤੈਨੂੰ ਮੇਰਾ ਹੁਕਮ ਮੰਨਣਾ ਪਊ ਜਾਂ ਪਾਰਟੀ ਛੱਡਣੀ ਪਊ ਚਾਰ ਜਾਰਾਂ ਦੀਆਂ ਬਾਹਾਂ ਹੁੰਦੀਆਂ ਜੱਗਿਆ ਤੇ ਅੱਜ ਤੂੰ ਲਾਲਚ ਵਿੱਚ ਆ ਕੇ ਆਪਣੀਆਂ ਬਾਹਾਂ ਆਪਣੇ ਹੱਥੀਂ ਵੜ ਰਹੇ ਹੋਏ ਮੈਨੂੰ ਤੇਰੀ ਸਿੱਖਿਆ ਦੀ ਲੋੜ ਨਹੀਂ ਓਏ ਤੂੰ ਦੱਸ ਸਾਡੇ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਨਹੀਂ ਰਹਿਣਾ ਓਏ
तेरे बगे लालची बंदे नाल नहीं रहना। अज तो बाद तू ते तेरी पार्टी छड़ी। ਪਰ ਸੁਣ ਮੈਂ ਇੱਕ ਗੱਲ ਦੱਸ ਦਿਆਂ ਵੀ ਜੱਟਾਂ ਦੀ ਲੜਾਈ ਲੜਾਈ ਨਹੀਂ ਹੁੰਦੀ ਜੇ ਰਾਤ ਨੂੰ ਲੜ ਪੈਣ ਤਾਂ ਤੜਕੇ ਠੀਕ ਹੋ ਜਾਂਦੇ ਆ ਤੇ ਜੇ ਸੜਕੇ ਲੜ ਪੈਣ ਤਾਂ ਸ਼ਾਮ ਨੂੰ ਠੀਕ ਹੋ ਜਾਂਦੇ ਆ ਤੇ ਜੇ ਬਾਜਰੇ ਚ ਲੜ ਪੈਣ ਤਾਂ ਮੱਕੀ ਠੀਕ ਹੋ ਜਾਂਦੀ ਹੈ ਤੇ ਜੇ ਮੱਕੀ ਚ ਲੜ ਪੈਣ ਤਾਂ ਕਪਾਹ ਠੀਕ ਹੋ ਜਾਂਦੀ ਹੈ ਆ ਮੇਲ ਕਿਹਨੇ ਚੱਲਿਆ ਬਈ ਅੱਜ ਕਿਵੇਂ ਬਈ ਉਹ ਚੁੱਪ ਕਰੋ ਸਾਲੇ ਨਾ ਹੋਣ ਤਾਂ ਹੈ ਮੇਲ ਤਾਂ ਵਧੀਆ लतबा मारी लईदी है माड़ा जिहा चुप चाप रहो पहला मैं चलूंगा फिर गां तुसी मेरे मगर मगर तुरे आए हो चुप करा करो बुढ़ी सुसमा पवाऊंगी वैली है नहीं चलो 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 मेल भी जाओ की मोटा बेटा पंजाब
ਹਮੇਸ਼ਾ ਮੂਰੇ ਬੋਲਦੀ ਕਿਹੜੀਆਂ ਗੱਲਾਂ ਤੋਂ ਮੂਰੇ ਬੋਲਦੀ ਕਹਿੰਦੀ ਕਾਰ ਕੰਜੂਸਾਂ ਤੇ ਮੇਰੀ ਨਾ ਲੱਗਦੀ ਸੱਚੀ ਦਸ ਤੋਲੇ ਤੈਨੂੰ ਵਿਆਹੀ ਇਹਨੂੰ ਸੋਨਾ ਪਾਤਾ ਅਜੇ ਆਖੇ ਅਸੀਂ ਕੰਜੂਸ ਹੈ ਓਏ ਫੇਰ ਕੀ ਹੋਇਆ ਉਹ ਤਾਂ ਹੀ ਤਾਂ ਕਹਿ ਰਿਹਾ ਕੀ ਬੋਲਦੀ ਹਮੇਸ਼ਾ ਮੂਰੇ ਬੋਲਦੀ ਕਿਹੜੀਆਂ ਗੱਲਾਂ ਤੋਂ ਮੂਰੇ ਬੋਲਦੀ ਬੋਲਦੀ ਹਮੇਸ਼ਾ ਮੂਰੇ ਬੋਲਦੀ ਕਿਹੜੀਆਂ ਗੱਲਾਂ ਤੋਂ ਮੂਰੇ ਬੋਲਦੀ ਕਹਿੰਦੀ ਕਾਰ ਕੰਜੂਸਾਂ ਦੇ ਮੇਰੀ ਨਾ ਲੱਗਦੀ ਅੱਗੇ ਪੰਜਾਲੀ ਨਵੀਂ ਲੈ ਲੂੰਗਾ ਸਾਨੂੰ ਤੇਰੀ ਹੱਡੀ ਪੰਜਾਲੀ ਨਵੀਂ ਲੈ ਲੂੰਗਾ ਸਾਨੂੰ ਤੇਰੀ ਹੱਡੀ ਰਾਤੀ ਡੈਂਗੜ ਡੈਂਗੜ ਹੋਈ ਨੀ 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 ਮੈਨੂੰ ਬੜਾ ਕੁੱਟਿਆ ਤੇ ਮੈਂ ਬੜਾ ਰੋਈ ਨੀ ਰਾਤੀ ਡੈਂਗੜ ਡੈਂਗੜ ਹੋਈ 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 ਨੀ ਕੀ ਹੋਇਆ ਰਾਤੀ ਨੀ ਰਾਤੀ ਆ ਗਿਆ ਟਾਇਰ ਦਾਰੂ ਪੀ ਕੇ ਮਾਰੇ ਬੜਕਾ ਨੀ ਤੈਨੂੰ ਕੀ ਕਹਿੰਦਾ ਨੀ ਮੈਨੂੰ ਕਹਿੰਦਾ ਤੂੰ ਗੰਦੀ ਤੇਰੀ ਮਾਂ ਗੰਦੀ ਤੇਰਾ ਘਰ ਗੰਦਾ ਤੇਰੇ ਸਾਰੇ ਜਵਾਕ ਗੰਦੇ ਨੀ ਫੇਰ ਨੀ ਮੈਨੂੰ ਤਾਂ ਲੱਗ ਗਈ ਸੱਤੀ ਕੱਪੜੀ ਅੱਗ ਮੈਂ ਵੀ ਸਵੇਰੇ ਚੱਕ ਲਿਆ ਝਾੜੂ ਵਿੱਚੋਂ ਦੀ ਬੇਬੇ ਵਿੱਚੋਂ ਦਾ ਬਾਪੂ ਵਿੱਚੋਂ ਦੇ ਨਿਆਣੇ ਸਾਰੇ ਹੂੰਝ ਕੇ ਕਰਤਾ ਸੰਦੂਕ ਚ ਬੰਦ ਇਹ ਤੇ ਬੜਾ ਹੀ ਖੁਸ਼ ਹੋਇਆ ਹੋਣਾ ਨੀ ਕਾਨੂੰ ਢਹਿ ਜਾਣੇ ਦਾ ਇਹੀ ਤਾਂ ਰੋਂਡੀ ਰੋਣਾ ਹੈ ਨੀ ਕੀ ਨੀ ਰਾਤੀ ਫੇਰ ਡੈਂਗੜ ਡੈਂਗੜ ਹੋਈ ਨੀ ਰਾਤੀ 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 ਡੈਂਗੜ ਡੈਂਗੜ ਹੋਈ ਸਾਨੂੰ ਤਾਂ ਜਦੋਂ ਦਾ ਪਤਾ ਲੱਗਿਆ ਨਾ ਤੁਹਾਡੇ ਲੜਾਈ ਝਗੜੇ ਦਾ ਨਾ ਪਾਣੀ ਲੰਘਦਾ ਹੈ ਨਾ ਰੋਟੀ ਲੰਘਦੀ ਹੈ ਨਾ ਕਿਤੇ ਜੀ ਲੱਗਦਾ ਜਾਨੀ ਨੇੜੇ ਪੈ ਗਿਆ ਸਾਡੇ ਭਾ ਦਾ ਤਾਂ ਬਹੁਤ ਮਾੜੀ ਗੱਲ ਹੋਈ ਹੈ ਇਹ ਮਾਲਕੋ ਤੁਹਾਨੂੰ ਉਹਦੇ ਜ਼ਮੀਨ ਦੀ ਗੱਲ ਕਰਨੀ ਹੋਣੀ ਚਾਹੀਦੀ ਸੀ ਹੋਰ ਮਿੱਟੀ ਪਾ ਦਿੰਦੇ ਇਸ ਗੱਲ ਤੇ ਲੈਣਾ ਕਿਸੇ ਇਹਨਾਂ ਗੱਲਾਂ ਤੋਂ ਪਰ ਉਹਨੂੰ ਮਾਲਕੋ ਆਪਾਂ ਲੱਭਿਆ ਸਹੀ ਓਏ ਜਾਣ ਦਿਓ ਜਾਣਾ ਉਹਨੇ ਕਿਹੜੀ ਮਾਂ ਕੋਲੇ ਹੈ ਚਾਰ ਦਿਨ ਧੱਕੇ ਖਾ ਕੇ ਇੱਥੇ ਹੀ ਆਓ ਨਹੀਂ ਨਹੀਂ ਐਡੀ ਗੱਲ ਨਾ ਕਰੋ ਤੁਸੀਂ ਕੱਟਿਆ ਨੇ ਖਾਧਾ ਹੈ ਕੱਟਿਆ ਨੇ ਪੀਤਾ ਹੈ ਸਾਰੇ ਪਿੰਡ ਨੂੰ ਪਤਾ ਸੀ ਕਿ ਤੁਸੀਂ ਸਗੇ ਭਰਾਵਾਂ ਵਰਗੇ ਹੋ ਭਾਲੋ ਨੂੰ ਕਿਤੇ ਹੌਸਲਾ ਚਲੋ ਮਾਲਕੋ ਪਤਾ ਤਾਂ ਕਰੀਏ ਗਿਆ ਕਿੱਥੇ ਹੈ ਓਏ ਭਾਲ ਕਿਵੇਂ ਕਰੀਏ ਉਸ ਪਿੰਡ ਦੇ ਵੀਰ ਦਾ ਪਤਾ ਵੀ ਤੇ ਨਹੀਂ ਹੈ ਕਿੱਥੇ ਉਖੜੀ ਯਾਰ ਤੇਰਾ ਪਿੰਡ ਤਲਵੰਡੀ ਹੋਈ ਆ ਹਾਂ ਬਾਈ ਇਹੀ ਹੈ ਪਿੰਡ ਤਲਵੰਡੀ ਉਹ ਜੀਤੇ ਦਾ ਘਰ ਕਿੱਥੇ ਗਾ ਜੀਤਾ ਉਹੀ ਜਿਹਨੇ ਆਪਣੇ ਟਰੈਕਟਰ ਦੇ ਮੂਰੇ ਟੇਪ ਰਿਕਾਰਡ ਲਗਵਾਇਆ ਹੋਇਆ ਹਾਂ ਹਾਂ ਉਹੀ ਉਹਦਾ ਘਰ ਤੇ ਬਾਈ ਉਹ ਵੱਡੀ ਧਰਮਸ਼ਾਲਾ ਹੈ ਨਾ ਪਿੰਡ ਦੇ ਵਿਚਾਲੇ ਉਧਰ ਹੈਗਾ ਅੱਛਾ ਅੱਛਾ ਪਰ ਤੈਨੂੰ ਕੰਮ ਕੀ ਹੁੰਦਾ ਓਏ ਉਹਨੂੰ ਨਾਲ ਲੈ ਕੇ ਜਾਣਾ ਉਹ ਦਰੀਪ ਕਰ ਕੋਲੇ ਉਹਦੀ ਜ਼ਮੀਨ ਦਾ ਰੌਲਾ ਜਾਣਾ ਅੱਛਾ ਅੱਛਾ ਚੰਗਾ ਬਾਈ ਮੈਨੂੰ ਤਾਂ ਇਹ ਵੀ ਫਿਕਰ ਲੱਗਿਆ ਰਹਿੰਦਾ ਸੀ ਸੁੱਚੇ ਨੇ ਤੇ ਸਾਡੀ ਜਾਨ ਹੀ ਸੁਕਾ ਕੇ ਰੱਖ ਦਿੱਤੀ ਸੀ ਮੈਂ ਤਾਂ ਇਹ ਸੋਚਦੀ ਰਹਿੰਦੀ ਸੀ ਕਿ ਹੁਣ ਕੀ ਬਣੂਗਾ ਕੀ ਹਾਲ ਹੋਏਗਾ ਸਾਡੀ ਜ਼ਮੀਨ ਦਾ ਤੇ ਕਿਤੋਂ ਮੈਂ ਆਪਣੀ ਕੁੜੀ ਦਾ ਵਿਆਹ ਕਰਾਂਗੀ ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ ਪੁੱਤ ਬਹੁਤ ਚੰਗਾ ਕੀਤਾ ਜੋ ਸਾਡੀ ਜ਼ਮੀਨ ਸਾਨੂੰ ਵਾਪਸ ਛੁੜਾ ਦਿੱਤੀ ਚਾਚੀ ਜ਼ਮੀਨ ਹਾਲੇ ਛੁੱਟੀ ਨਹੀਂ ਹਾਲੇ ਵੀ ਪੰਗਾ ਪਿਆ ਹੈ ਪੰਗਾ ਪਿਆ ਕਿਉਂ ਮੇਰੀ ਪਾਰਟੀ ਵਾਲਿਆਂ ਦਾ ਆਪਸ ਵਿੱਚ ਹੀ ਰੌਲਾ ਪੈ ਗਿਆ ਨਾਲ ਦੇ ਕਹਿੰਦੇ ਜ਼ਮੀਨ ਅਸੀਂ ਰੱਖਣੀ ਆ ਪਰ ਮੈਂ ਨਹੀਂ ਮੰਨਿਆ ਮੈਂ ਪਾਰਟੀ ਛੱਡਿਆ ਉਹਨਾਂ ਦੀ ਹੁਣ ਕੀ ਹੋਏਗਾ ਪੁੱਤਰ ਹੋਣਾ ਕੀ ਹੈ ਤੂੰ ਫਿਕਰ ਨਾ ਕਰ ਜ਼ਮੀਨ ਦਾ ਮਾਮਲਾ ਅਸੀਂ ਦੇਵਾਂਗੇ ਤੇ ਅਸੀਂ ਵਾਹਾਂਗੇ ਬਾਕੀ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਏਗਾ ਹੈਂ ਅੱਛਾ ਪੁੱਤਰ ਜਿੰਦੇ ਰਹੋ ਅੱਛਾ ਅਸੀਂ ਚੱਲਦੇ ਹਾਂ ਅੱਛਾ ਪੁੱਤਰ ਵੱਡੀ ਉਮਰ ਹੋਵੇ ਅੱਛਾ ਜੀ ਅੱਛਾ ਅੱਛਾ ਚਾਚੀ ਸਤਿ ਸ਼੍ਰੀ ਅਕਾਲ ਮਾਂ ਇਹ ਜੀਤੇ ਨਾਲ ਕੌਣ ਸੀ ਤੂੰ ਨਹੀਂ ਜਾਣਦੀ ਨਹੀਂ ਇਹ ਤਾਂ ਉਹੀ ਉਹ ਮੁੰਡਾ ਹੈ ਜਿਹਨੇ ਸੁੱਚੇ ਕੋਲੋਂ ਸਾਡੀ ਜ਼ਮੀਨ ਸਾਨੂੰ ਵਾਪਸ ਲੈ ਕੇ ਦਿੱਤੀ ਸੀ ਅੱਛਾ ਸ਼ੇਰਿਆ ਹਾਂ ਬਾਈ ਤੂੰ ਤੇ ਪ੍ਰੀਤੋ ਬੜੇ ਇੱਕ ਦੂਜੇ ਵੱਲ ਵੇਖਦੇ ਸੀ ਕੀ ਗੱਲ ਆ ਉਹ ਯਾਰ ਸਾਡਾ ਚੱਕਰ ਜਿਹਾ ਚੱਲਦਾ ਇੱਕ ਦੂਜੇ ਨਾਲ ਅੱਛਾ ਇਹਦਾ ਮਤਲਬ ਪਾਰਟੀ ਵੀ ਤੁਸੀਂ ਕਰਕੇ ਛੱਡੀ ਨਹੀਂ ਇਹ ਤਾਂ ਮੈਨੂੰ ਅੱਜ ਹੀ ਪਤਾ ਲੱਗਾ ਉਹ ਦਲੀਪੋ ਦੀ ਕੁੜੀ ਆ ਪਾਰਟੀ ਤਾਂ ਮੈਂ ਜ਼ਮੀਨ ਕਰਕੇ ਛੱਡੀ ਸੀ ਅੱਛਾ ਅੱਛਾ ਨਾਲੇ ਪੁੰਨ ਤੇ ਨਾਲੇ ਫਲੀਆਂ ਹੈ ਉਹ ਹਲੇ ਤਾਂ ਪੁੰਨ ਹੀ ਕਰਦੇ ਆ ਫਲੀਆਂ ਪਤਾ ਨਹੀਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਪਰ ਇੱਕ ਗੱਲ ਦਾ ਧਿਆਨ ਰੱਖੀ ਜੇ ਤੂੰ ਇਸ ਕੁੜੀ ਦਾ ਪਿਆਰ ਕੀਤਾ ਤੇ ਉਹਨੂੰ ਛੱਡੀ ਨਾ ਨਹੀਂ ਤਾਂ ਮੈਂ ਨਹੀਂ ਤੈਨੂੰ ਛੱਡਣਾ ਉਹ ਫਿਕਰ ਕਿਉਂ ਕਰਦਾ ਯਾਰ ਤੂੰ ਇਹੋ ਜਿਹਾ ਤਾਂ ਸ਼ੇਰਾ ਉਹ ਜ਼ਮੀਨ ਵਾਰਿਆ ਉਸ ਪਿੰਡ ਦੇ ਵੀਰ ਕੋਲ ਟੱਗਾ ਨੀ ਬੱਚਾ ਨੀ ਫੇਰ ਉਹ ਜ਼ਮੀਨ ਕਿਵੇਂ ਵਾਰਿਆ ਉਹ ਬਾਈ ਉਹਦੇ ਨਾਲ ਉਹੀ ਮੁੰਡਾ ਹੈ ਜਿਹੜਾ ਆਪਣੇ ਜੀ ਮੂਹਰੇ ਟਰੈਕਟਰ ਲੈ ਕੇ ਆਇਆ ਸੀ ਅੱਛਾ ਅੱਛਾ ਤਾਂ ਉਹ ਜੀਤੇ ਨਾਲ ਰਲ ਗਿਆ
मैं दस दैना नू जमीन किवें वाहदी है। जमीन च वड़े पैन दो वीरो तू कौन है रोकने वाला ये जमीन असि मामले ते लई होई आ मुंह संभाल के गल कर ओए इस जमीन दा कब्जा असि लिया है पर तू ये गल भूल गया जग्या कि कब्जा लैण मौके मैं भी नाल सी ओए असि तैनू कदों वखरा समझने पर तू जेड़ी थाली च खादा है ओसे च शेद कीता है पैन दे वीरा ओए तू ए दे मगर लग के सानू छड़ गए ओए इन्हें तेनू मेरे करके नहीं छड़िया इन्हें तुहाडे काले कम्मां नू छड़िया है मैं ते तेनू भी कहना वा ए काम छड़ ते हक दी कमाई खा रहण दे ओए वड्डा हक दी कमाई खाण वाला मैनू तेरी मत दी लोड़ नहीं देख भाई जग्या हुण तक आपां जो जमीन बनाई आ पैसा बनाया ओ सब तेनू छड़ दित्ता पर ए जमीन नहीं छड़नी हुण ते मैनू हत्थां दी मेहनत करके देख लैण दे ठीक है जे तू मिट्टी च रोलना तां रोल पर एक गल याद रखी पैण दे वीरा तैनू अखीर साडे च वापस आना पो गल सुनो ए ए हुण मेरे नाल रहेगा ए गल भुल जाई कि थोड़े कोल आएगा जो भाई शेरिया हां भाई यारा हुण तां इत्थे ही रहांगे क्या मनाओ ऐप की तां इन्ना माल बड तू लगा के लिया ना भाई देख के रूह खुश हो जाऊ ऐतकी आपां नूं कई लख दा फायदा होना की गल है भाई तुसी रुसे रुसे जे बैठे हो रुसना कहदा भाई साडा दिल रो रहा है की गल है भाई की बुझारता जी पाई जाने हो यार कुछ खुल के भी दसो ओ यार जेड़ी सुच्चे तो जमीन छड़ाई सी ओ दे करके मेरा ते शेरे दा फर्क पै गया भाई तुसी आपस विच फर्क ना पाओ जमीन जांदी है ते जान दियो आपां केड़ा जमीन पैसे दे के लई सी जमीन ता गई सो गई अज मैं शेरे वर्गा यार खो बैठा मैनू इंज लगदा जिवें मेरी सज्जी बांह टुट गई भाई ये तो बहुत माड़ा होया शेरा सानू छड के चला गया चल चल आपां चल के उहनू मनाउंदे आ नहीं नहीं शेरा अपनी जिद दा बहुत पक्का उन्हें वापस नहीं आउणा देख्या फिर जट दा जोर पंजाब ना चराती जमीन मेनू इंज लगदा कि सारे जानियां खुशियां मेरे हिक विच समा गईयां हुण अज मैं बहुत खुश हां हिक च समा गईयां मैं क्या तेरी हिक्का के तूड़ी वाला कोठा दसा किथे चली हुण खुरक जी करके छड़ मेरी बां मेनू गिद्दे वालियां कुड़ियां उड़ीकदियां हुण गया गिद्दे वालियां अच्छा अच्छा ला दी भाई पट्टा दा जोर सारा ला दी मैं क्या धरती Yeah.
लड्डू ले आई बैठे हैं तेरे वास्ते। अच्छा अच्छा, खैर ये तो कोई गल नहीं गी, वो तो मैं कर लूंगा आपे। पर एक गल है, मैनु कोई बड़ा चा नहीं गा, मैं भी चार मिनट थोड़े को बही जाना। नहीं नहीं नहीं, बहन वाली कोई गल नहीं, वो अंदर जा करती होनी है। पर गल सुन लो, जदो मैं अंदर जावड़िया ना तो तुसी मैं चाकी ना मारी जायो। एक तो तुसी बुरे लगते हो, जो तुसी काली पहने हो चंगे लगते। मैं तुहानू दसा, मैं चलिया। हां मैं चलिया। दुध रखिया पिया, दुध रखिया। ओए बल्ले, आउना 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 आउना। चल आपा भी देखिए की हुंदा है। हल बंद कर दी। हाय हाय, ओ मैं क्या, ये सुहाग रात वाले दिन तुझे मंजे का की काम। ठीक है, मैनू पंडित ने कहा सी जेड़ा सोडे प्यार दे विच रोड़ा बने ना ओनु ठोकर मार के दूर कर दी। ला पपड़ा कर देने है तेरे प्यार ने बड़ा दुख दिया, तेरे प्यार ने, तेरे प्यार ने बड़ा दुख दिया। बापू कुछ दिंदा नहीं। हां हुन देख कपली ना होवे ता कोई गल नहीं, बड़ा पासे हुंदी कोई लोड़ नहीं। मैं तो प्यार ऐ भी नहीं पता कि पहला प्यार दिया गल्ला करी दिया कि लड्डू खाई दिया। हाँ पहला गल्ला करिए कि लड्डू खाइए। हाँ कर दे, पहला प्यार दिया गल्ला ही कर लेने हैं। तू चाचा माना कोई चंगी गल तो नहीं, पर फिर भी अपना बंदा है, पता लो कि कुछ होता भी है कि नहीं। चलो लड्डू खा लो पहले। एक मिनट ठहर जा, लड्डू भी खा लेने हैं, पहला मैं देख लैन दे ये साले ठीक बैठे है। मेरे हमेशी हो पर चाकर की लोड़ दी यार। चलो बाहर, चलो बाहर ठहर जो, माड़ा मुंह देख लो, देख लो। चलो भजो भजो बाहर, चलो सारे हुण आयो। सारिया को मूह नंगा करके बह जानी है, इतने लंबी बिच बथेरी फिर दी है। तू एवं कमला मारा कर, मूह ढक के रखा कर, हूं तो चक दे। खैर आ लड्डू खा ले,
ਕੀ ਪਤਾ ਸੀ ਆਪਣਾ ਵਿਆਹ ਹੋ ਜਾਊਗਾ ਹੁਣ ਤੂੰ ਪਹਿਲਾਂ ਮਿਲੀ ਸੀ ਨਾ ਤੁਸੀਂ ਖਾ ਲਓ ਲੱਡੂ ਖਰ ਖਾਂਦੇ ਹੀ ਰਹਾਂਗੇ ਅੱਜ ਤਾਂ ਤੇਰੇ ਨਾਲ ਪਿਆਰ ਦੀਆਂ ਗੱਲਾਂ ਕਰਨ ਨੂੰ ਜੀ ਕਰਦਾ ਦੇਖ ਲੈ ਜਦੋਂ ਉਹਦੇ ਮਿਲੇ ਸੀ ਨਾ ਉਹਦੇ ਭੁੱਲ ਗਈ ਤੇਰੀ ਗੱਲ ਯਾਦ ਨੀ ਤੇਰੀ ਗੱਲ ਨੀ ਯਾਦ ਰੁਪਈਆ ਪੈਣ ਦਿਆ ਵੀਰਾ ਉਹ ਸੌਦਾ ਤਾਂ ਪੱਕਾ ਕਰਿਆ ਸੀ ਕਿ ਨਹੀਂ ਉਹ ਬਾਈ ਮੈਂ ਕਿਤੇ ਪਹਿਲੀ ਵਾਰੀ ਸੌਦਾ ਕਰਨ ਚੱਲਿਆ ਠੀਕ ਹੈ ਹੁਣ ਇਹ ਚਲਾ ਜਾ ਤੇ ਤੜਕੇ ਇੱਥੇ ਪਹੁੰਚਣ ਵਾਲਾ ਬਣੀ ਮਾਲ ਲੈਣ ਵਾਲੇ ਬੰਦੇ ਨੇ ਵੀ ਸੁਭਾ ਜਾਣਾ ਤੂੰ ਪਰਵਾਹ ਨਾ ਕਰ ਬਾਈ ਮੈਂ ਐ ਹੋ ਗਿਆ ਤੇ ਇਦਾਂ ਵਾਪਸ ਆਇਆ ਸਮਝ ਹਾਂ ਧਿਆਨ ਨਾਲ ਜਾਈ ਤੂੰ ਪਰਵਾਹ ਨਾ ਕਰ ਬਾਈ ਓਏ ਮੁੜੂਗਾ ਤੇ ਤਦ ਨਾ ਜੇ ਸਿਰੇ ਲੱਗੂਗਾ ਸੜਨ ਛੇਤੀ ਕਰ ਓਏ ਲੱਖ ਰੁਪਈਆ ਲੈ ਕੇ ਕਿਹੜੀ ਭੂਆ ਕੋਲ ਚੱਲਿਆ ਓਏ ਫੁੱਫੜ ਤਾਂ ਤੇਰਾ ਇੱਥੇ ਬੈਠਾ ਓਏ ਸੁੱਚਾ ਤੂੰ ਤੂੰ ਇਹ ਕੀ ਕਰਨ ਲੱਗਿਆ ਓਏ ਸੁੱਚਾ ਬਹੁਤ ਕੁਝ ਕਰੂਗਾ ਓਏ ਇੱਕ ਇੱਕ ਨੂੰ ਗੱਡੀ ਨਾ ਚਾੜਿਆ ਤਾਂ ਮੇਰਾ ਵੀ ਨਾ ਨਹੀਂ ਓਏ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਇੰਨਾ ਕਮੀਨਾ ਬੰਦਾ ਹੋਏਗਾ ਓਏ ਸਾਡੀਆਂ ਖਾ ਕੇ ਸਾਨੂੰ ਹੀ ਮਾਰੇਗਾ ਓਏ ਓਏ ਤੈਨੂੰ ਮਾਰੂੰਗਾ ਮੈਂ ਇਹ ਨਾ ਲੱਗੂਗਾ ਸ਼ੇਰੇ ਦਾ ਮੈਂ ਕੁਛ ਨਹੀਂ ਦੇਖਿਆ ਮਾਰ ਕੋ ਮੈਂ ਕੁਛ ਨਹੀਂ ਦੇਖਿਆ ਓਏ ਜੇ ਤੇਰੀ ਆਵਾਜ਼ ਵੀ ਨਿਕਲੀ ਤਾਂ ਮੈਂ ਤੇਰਾ ਖੋਪੜਾ ਪਾੜ ਦਿਆਂਗਾ ਓਏ ਸਮਝੇ ਬਾਈ ਛੱਡ ਕੋ ਦਿੱਤਾ ਕਿਸੇ ਨੂੰ ਦੱਸੂਗਾ ਤਾਂ ਨਹੀਂ ਓਏ ਆਪਣਾ ਕੁਝ ਨਹੀਂ ਵਿਗਾੜ ਸਕਦਾ ਨਾਜਰ ਦੇ ਕਤਲ ਵਿੱਚ ਜਾਊ ਸ਼ੇਰਾ ਅੰਦਰ ਓਏ ਫੇਰ ਕਰੂ ਜੱਗੇ ਦਾ ਕਤਲ ਤੇ ਜਾਊ ਚੀਤਾ ਅੰਦਰ ਓਏ ਫੇਰ ਇਹਨਾਂ ਦੀਆਂ ਰੰਨਾਂ ਵੀ ਸਾਡੀਆਂ ਤੇ ਜ਼ਮੀਨਾਂ ਵੀ ਸਾਡੀਆਂ ਓਏ ਪੈਂਦਾ ਵੀਰ ਕਿੱਥੇ ਮਰ ਗਿਆ ਸਾਲਾ ਆਇਆ ਹੀ ਨਹੀਂ ਬਾਈ ਬਾਈ ਨਾਜਰ ਦਾ ਕਤਲ ਹੋ ਗਿਆ ਲੰਕਾ ਢਾਉਂਦਾ ਹੁੰਦਾ ਜੱਗਿਆ ਮੇਰਾ ਸ਼ੱਕ ਤੇ ਸ਼ੇਰੇ ਤੇ ਜਾਂਦਾ ਸ਼ੇਰਾ ਨਹੀਂ ਨਹੀਂ ਉਹ ਪੈਂਦਾ ਵੀਰ ਇਹ ਕੰਮ ਨਹੀਂ ਕਰ ਸਕਦਾ ਓਏ ਕਿਉਂ ਨਹੀਂ ਕਰ ਸਕਦਾ ਆਪਣੇ ਸਾਰੇ ਕੰਮਾਂ ਦਾ ਸ਼ੇਰੇ ਨੂੰ ਪਤਾ ਹੈ ਨਾਲੇ ਹੋਰ ਕਿਸੇ ਨੇ ਆਪਣੇ ਨਾਲ ਮੱਥਾ ਲਾ ਕੇ ਆਪਣੇ ਹੱਥਾਂ ਤੋਂ ਜ਼ਿੰਦਗੀ ਦੀਆਂ ਲਕੀਰਾਂ ਮਟਾਉਣੀਆਂ ਸ਼ੇਰਿਆ ਤੂੰ ਯਾਰ ਮਾਰ ਕਰਕੇ ਚੰਗਾ ਨਹੀਂ ਕੀਤਾ ਹੈ ਓਏ ਅਜੇ ਤਾਂ ਆਪਣਾ ਸ਼ੱਕ ਹੀ ਹੈ ਸ਼ੇਰੇ ਨੂੰ ਤਾਂ ਆਪਾਂ ਫੇਰ ਵੇਖ ਲਵਾਂਗੇ ਚੱਲ ਪਹਿਲਾਂ ਨਾਜਰ ਦੇ ਘਰੇ ਚੱਲੀਏ ਬੜਾ ਚੰਗਾ ਬੰਦਾ ਹੁੰਦਾ ਉਸ ਮਾਲਕ ਦੀ ਮਰਜ਼ੀ ਆਪਾਂ ਕੀ ਕਰ ਸਕਦੇ ਇੱਕ ਵਾਰੀ ਕਾਤਲ ਦਾ ਪਤਾ ਲੱਗ ਜਾਏ ਮੈਂ ਉਸ ਭੈਣ ਦੇ ਵੀਰ ਨੂੰ ਜਿਉਂ ਦਾ ਗੱਡ ਦਿਆਂਗਾ ਚਲੋ ਯਾਰ ਕਵੇੜਾ ਹੋਈ ਜਾਂਦਾ ਹੈ ਆਪੇ ਦਾ ਸੰਸਕਾਰ ਕਰੀਏ ਬਿੱਲੋ ਮੈਂ ਰੋ ਰਿਹਾ
Billo. तेरे वीर तो मेरे बहुत अफसोस है। तू फिकर ना कर, मैं हाँ ना। तेरे वीर दे कातलों में जिंदा नहीं छड़ांगा। बस एक बारी मेरे ना पता ना जो ना था। बस बिल्लो। यार ने चंगा नहीं कीता है साडे नाल पंगा पा के जावेगा किथे पैण दिया वीरा क्यों की कीता मेरे यार ने होए ओए बड़ा पौड़ा बणदा है मखणा जिवें तेनू पता है नहीं के शेरे ने नाजर दा कतल कीता है ते नाल रुपया लख भी खा लिया है नहीं ओए ए गलत है शेरा किसी का कतल नहीं कर सकता और मैं उन्हें अपनी अखी वेखे कतल करके पाज देनू है और मैंने पूरा यकीन है शेरा इन्हें गिरिया काम नहीं कर सकता शेरा की कर सकता है ते की नहीं तेरे नालों ज्यादा मैं जानना पैंदा वीरा जीदे मुनु मास लगा होवे और सुख की रोटी नहीं खा सकता और पैसा ते बड़े बड़े दा दिमाग खराब कर देंदा है आ गया बड़ा सूरमा दिया सफाइयां देन जे कतल शेर ने कीता होया तो ओदी हिक च गोली मैं मारांगा ये तेरे बंदे ने कीता होया ते मैं ओनु जिंदा साड़ देगा जिंदा बस बिल्लो बस रोई क्यों जाने एक बारी नाजर दे कातलां दा पता लग जावे असीं बदला जरूर लवांगे की गल है जी हल्ले की गल है भाई नाजर दा कतल तू कीता है कौन कहना नाजर दा कतल मैं कीता मैनू सुचे ने क्या उन्हें अपनी अखी वेखी तेनू कतल कर दिया ये सब सुचे दी चाल है वो मैनू झूठे केस फसाना चाहुंदा भरा बन के झूठ बोलदा है मैं तेरे टोटे कर देगा टोटे मार देगा तेनू हाँ फड़कड़ा कर दे मेरे टोटे पर एक गल याद रखी है हर टोटे चो यही आवाज आऊगी मैं कतल नहीं किता नहीं किता मार गड़ासा रोक जो गया हूं गंडासा मारांगा जरूर पर उस दे मारांगा जिन्हें उदा कतल किता मैं तैनू नाजर दे कतल विच गिरफ्तार करना आया गावा अटकड़ी होए अले तक ते कोई कतल नहीं किता ठनेदारा पर मैनू लगदा तेरियां हथकड़ियां जरूर कतल करनियां है ठहरो नाजर दे कतल विच शेरे दा नाम किने लिखवाया है कुच्चे होरा ने ओ कौन होंदे ने नाम लिखण वाले भरा मेरे दा कतल होया मैनू शेरे ते कोई शक नहीं तुसी चले जाओ मैं तुहाडे हथ जोड़नी आ तुसी चले जाओ तेरा एक भरा ते मैनू कल्ला छड्ड के चला गया मेरे दूजे भरा नूं लैके ना जाओ चले जाओ पुलिस केस तां बणिया नहीं जग्गिया हुण क्यों ना आपां दे घर फूक दिए ते क्यों ना उहनां दी जनानी चक लईए नहीं ओए दुश्मनी मर्द नाल होवे ते बदला औरत तो लेना ए जग्गे दा असूल नहीं पैण दिया वीरा ते फिर क्यों ना उहनां दीआं पक्कीआं फसलां नूं फूक दईए जग्गिया पक्की फसल फूकना ठीक नहीं जाओ जाके ट्रालियां च पक्की फसल चक लियो
ਬਾਹਰਾ ਨਰਮੇ ਚ ਆ ਗਏ ਨੇ ਆਪਣੇ ਪਿਓ ਦਾ ਮਾਲ ਸਮਝ ਕੇ ਚੁਗਣ ਨੂੰ ਤੇ ਘਰੋਂ ਢੇਰੀ ਇੱਥੇ ਨਾਲੇ ਕਹਿ ਦਿਓ ਵੱਡੇ ਸੂਰਮਿਆਂ ਨੂੰ ਜੇ ਹਿੰਮਤ ਹੈ ਤਾਂ ਲੈ ਜਾਣ ਆਪਣਾ ਮਾਲ ਛੁਡਾ ਕੇ ਪਰ ਓਏ ਸਰਦਾਰ ਜੀ ਕੀ ਹੋਇਆ? ਜਿੱਦਾਂ ਬੰਦੇ ਨਰਮਾ ਚੁੱਕਣ ਆ ਗਏ ਜੀ। ਚੱਲ ਤੂੰ ਮੈਂ ਚੁਕਾਣਾ ਨਰਮਾ ਉਹਨਾਂ ਨੂੰ। ਉਹ ਕੀ ਗੱਲ ਬੰਦੂਕ ਚੱਕੀ ਆ? ਓਏ ਜੱਗੇ ਦੇ ਬੰਦੇ ਨਰਮਾ ਚੱਕਣ ਆ ਗਿਆ ਆਪਣਾ। ਤੈਨੂੰ ਕੌਣ ਕਹਿ ਗਿਆ? ਉਹ ਮੈਨੂੰ ਸਿਰੀ ਦੱਸ ਕੇ ਗਿਆ। ਓਏ ਮੈਂ ਮਾਰਦਾ ਹੁਣ, ਜੱਗਾ ਨਹੀਂ ਹੋਇਆ ਕੰਮ ਕਰ ਸਕਦਾ। ਓਏ ਸਾਲੇ ਕੁੱਤੇ ਦੀਆਂ ਪੁੱਛਾਂ, ਤੈਨੂੰ ਨਹੀਂ ਪਤਾ ਛੱਡ ਮੈਨੂੰ ਕੀ ਕਰੇ? ਮੈਂ ਜੱਗੇ ਨਾਲ ਕਰ ਹੁਣ ਜਾਈਨਾ ਕਿਤੇ। ਕਤਲ ਕਰਨਾ ਸ਼ੇਰ ਨੇ ਨਹੀਂ ਸਿੱਖਿਆ। ਜਿੱਦਾਂ ਬੰਦਾ ਮਾਰਨਾ ਹੋਇਆ ਤੇ ਇੱਕ ਥਾਪੜ ਕੇ ਮਾਰੂਗਾ। ਓਏ ਫਿਰ ਅਸੀਂ ਵੀ ਕੋਈ ਚੋਰੀ ਨਹੀਂ, ਨਰਮਾ ਚੁੱਕਣਾ ਹੈ ਤਾਂ ਇੱਕ ਦੇ ਜ਼ੋਰ ਤੇ ਚੁੱਕਣਾ ਹੈ। ਤੇ ਗੱਲ ਸੁਣ ਲੈ ਮੇਰੀ, ਓਏ ਜਿੰਨਾ ਚਿਰ ਜੱਟ ਦੀ ਕੰਡੀ ਚ ਦਮ ਹੈ ਕੋਈ ਸਾਲਾ ਖੇਤ ਪੈਰ ਨਹੀਂ ਪਾ ਸਕਦਾ। ਹਿੰਮਤ ਹੈ ਰੋਕਣ ਦੀ? ਅੱਜ ਨੀ ਮੈਂ ਦੱਸੇ ਬਗੈਰ ਰਹਿ ਸਕਦਾ। ਨਾਜਰ ਦਾ ਖੂਨ ਸ਼ੇਰੇ ਨੇ ਨੀ ਸੁੱਚੇ ਨੇ ਕੀਤਾ, ਮਾਲਕੋ ਸੁੱਚੇ ਨੇ। ਕੀ ਪੱਕਦਾ ਪੈਣਦਾ ਵੀਰਾ? ਹਾਂ ਮਾਲਕੋ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਸੁੱਚੇ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਮਾਲਕੋ। ਜੇ ਮੈਂ ਕਿਸੇ ਨੂੰ ਦੱਸਿਆ ਉਹ ਮੈਨੂੰ ਗੋਲੀ ਮਾਰ ਦੂਗਾ। ਮਾਲਕੋ ਐ ਨਾ ਕਰੋ, ਐ ਨਾ ਕਰੋ। ਓਏ ਕੋਈ ਸੂਰਮਾ ਨਹੀਂ ਆਇਆ ਜਿਹੜਾ ਸਾਡਾ ਰਾਹ ਰੋਕ ਸਕੇ। ਸਾਲਿਆ, ਇਹ ਪਿਓ ਦਾ ਮਾਲ ਸਮਝ ਕੇ ਲੈ ਜਾ ਰਿਹਾ, ਤੂੰ ਫਿਕਰ ਨਾ ਕਰ, ਮੈਂ ਤੈਨੂੰ ਗੋਲੀ ਨਾਲ ਨਹੀਂ, ਮੈਂ ਤੈਨੂੰ ਤੜਫਾ ਤੜਫਾ ਕੇ ਮਾਰਾਂਗਾ। ਇਹਨੂੰ ਤਾਂ ਮੈਂ ਕੱਲਾ ਹੀ ਵੇਖ ਲੂੰਗਾ, ਇਹਦੀਆਂ ਬਾਹਾਂ ਚ ਕਿੰਨਾ ਕੁ ਜ਼ੋਰ ਏ। ਨਰਮਾ ਲੈਣ ਆਇਆ ਸੀ, ਹੁਣ ਤਾਏ ਰੰਨਾ ਨੂੰ ਵੀ ਲੱਦ ਕੇ ਲੈ ਕੇ ਜਾਊ ਨਾਲੇ। ਹੱਡੀਆਂ ਦੀ ਪੋਟਪੜੀ ਨਾਲ ਲਾ ਕੇ ਪਿਸਤੌਲ ਸੂਰਮਾ ਬਣਦਾ। Thank you.
ਓਏ ਸੁੱਚੇ ਨਾਲ ਮੱਥਾ ਲਾ ਕੇ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਓਏ ਜੇ ਨਰਮਾ ਮੇਰੇ ਹੱਥ ਨਹੀਂ ਲੱਗਿਆ ਤਾਂ ਤੁਹਾਡੇ ਹੱਥ ਵੀ ਨਹੀਂ ਲੱਗਣਾ ਓਏ ਫੂਕ ਕੇ ਰੱਖ ਦੂੰਗਾ ਫੂਕ ਕੇ ਜਗਿਆ ਇਹ ਕੀ ਕੀਤਾ ਤੂੰ ਇਹ ਕੀ ਕੀਤਾ ਹਾਂ ਮੈਂ ਠੀਕ ਕੀ ਕੀਤਾ ਸ਼ੇਰਿਆ ਜੇਸ ਪੈਂਦੇ ਵੀਰ ਨੂੰ ਮੈਂ ਨਾ ਮਾਰਦਾ ਤਾਂ ਇਹਨੇ ਆਪਾਂ ਸਾਰਿਆਂ ਨੂੰ ਮਰਵਾ ਦੇਣਾ ਸੀ ਹੈ ਓਏ ਕੀ ਕਹੀ ਜਾਂਦਾ ਤੂੰ ਠੀਕ ਕਹਿਣਾ ਨਾਜਰ ਦਾ ਕਤਲ ਵੀ ਇਹਨੇ ਕੀਤਾ ਸੀ ਮੈਨੂੰ ਮਾਫ ਕਰ ਦੇ ਯਾਰਾ ਮੈਂ ਤੇਰੇ ਤੇ ਐਵੇਂ ਸ਼ੱਕ ਕੀਤਾ ਓਏ ਮਾਫੀ ਕਾਹਦੀ ਜਗਿਆ ਮੈਂ ਤੇ ਤੈਨੂੰ ਸਦਾ ਆਪਣਾ ਭਰਾ ਸਮਝਿਆ ਹੈ ਅੱਜ ਅੱਜ ਮੈਂ ਕਿੰਨੀ ਖੁਸ਼ ਨਸੀਬ ਆ ਕਿੰਨੀ ਖੁਸ਼ ਨਸੀਬ ਆ ਹੇ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਕਿਤੇ ਕਿਤੇ ਮੇਰੇ ਕੋਲ ਇੱਕ ਵੀ ਪੁੱਤ ਨਹੀਂ ਸੀ ਅੱਜ ਅੱਜ ਮੇਰੇ ਕੋਲ ਦੋ ਪੁੱਤ ਨੇ ਹੇ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਲੈ ਆ